समूह दर्शकों का आवाज़ पंजाब प्रोग्राम चैनल पंजाबी ग्लोबल पंजाब ते स्वागत है। पिछले लंबे अरसे तो कैनेडा दे विच जो मसला चल रहा वो ये है कि कैनेडा दे सरकार ने खास तौर पर प्रधानमंत्री ने भारत सरकार नू अते उत्थों दी एजेंसियां नू इस गल दे लई कथित तौर पर दोषां दे विच घेरिया कि कैनेडा की धरती ते कैनेडियन नागरिक भाई हरदीप सिंह निजर जो गुरु नानक गुरुद्वारा साहब के मुख्य सेवादार भी सन उन्हां दा जो कतल होया वो नाकाबले बर्दाश्त है। कनेडा की प्रभुसत्ता को चुनौती है। कनेडियन नागरिक का इतों की धरती से इस तरह उन्होंने कतल होना तो उस दे विच ए इंडियन जड़ियां एजेंट्स ने उन्हों का हथ होना, सो इस लैके तिखी चर्चा चल रही है। समय के नाल ही NDP ने भी इस गल के उत्ते अपनी आवाज़ उठाई तो पंजाबी भाषण देंद्या होया पहली बार पार्लीमेंट पंजाबी जबान च जगमीत सिंह जो NDP के आगू ने उन्होंने ये कहा कि ये गल लगातार लंबे समय तो कह रहे हैं, इस गल की तिखी विरोधता हुण भी कर रहे हैं, यहोजी दखलअंदाजी बंद होनी चाहिए है। पंजाबी दे विच मैं यही कहना चाहुंदा कि जो आपां अज सुणिया सानू सारे नूं पता सीगा छोटे हुंदे नूं कि जिहड़ा हिंदुस्तान दी हकूमत बहुत जुल्म करदे ने, पर सानू कदे नहीं लगदा सी कि इत्थे आ के कैनेडा च इत्थे आ के सानू इहो जिहा खतरा हो सकदा। मैं सारे नूं यह कहना चाहुंदा कि मैं इत्थे हैगा आ ते जिन्ना क मेरा ताकत हैगा मैं हटूंगा नहीं जब तक जस्टिस ते इंसाफ मिलूगा इस मामले दे विच। मैं हटना नहीं हैगा जब तक सारे ही जिहड़ा भी कोई लिंक होवे उहदा पूरी खोज किया जाए ते जो न्याय है जो जस्टिस है जो इंसाफ है वह किया जाए। I want you to know you can trust the New Democrats and everyone in this house will fight with everything we have to ensure that this serious reprehensible matter is treated with the utmost seriousness and focus and that we bring justice. ਅੱਜ ਕੈਨੇਡਾ ਦੀ NDP ਨਿਊ ਡੈਮੋਕ੍ਰੈਟ ਪਾਰਟੀ ਦੀ ਜਿਹੜੀ ਨੈਸ਼ਨਲ ਕਨਵੈਨਸ਼ਨ ਹੈ ਉੱਥੇ ਵੀ ਪ੍ਰਮੁੱਖ ਵਿਸ਼ੇ ਉੱਠੇ ਨੇ। ਉਹਨਾਂ ਦੇ ਵਿੱਚੋਂ ਇੱਕ ਮੁੱਦਾ ਇਹ ਵੀ ਹੈ ਕਿ ਜਿਹੜੇ ਇੰਡੀਅਨ ਡਿਪਲੋਮੈਟ ਨੇ ਜਿਹੜੇ ਵੱਖ ਵੱਖ ਤਰ੍ਹਾਂ ਦੇ ਕੂਟਨੀਤਿਕ ਨੇ ਜਾਂ ਕੈਨੇਡਾ 'ਚ ਤਾਇਨਾਤ ਕੀਤੇ ਹੋਏ ਨੇ ਉਹਨਾਂ ਦੀ ਪੂਰੀ ਪਛਾਣ ਕੀਤੀ ਜਾਏ ਅਤੇ ਬਣਦੀ ਜ਼ਾਹਰ ਕਾਰਵਾਈ ਹੋਵੇ ਤਾਂ ਕਿ ਜੋ ਕੈਨੇਡਾ ਦੇ ਵਿੱਚ ਭਾਰਤੀ ਦਖਲਅੰਦਾਜ਼ੀ ਦਾ ਮੁੱਦਾ ਹੈ ਉਸ ਨੂੰ ਹੱਲ ਕੀਤਾ ਜਾਏ। ਦੂਸਰਾ ਇੱਕ ਹੋਰ ਆਵਾਜ਼ ਉਠਾਈ ਗਈ ਹੈ ਉਹ ਇਹ ਹੈ ਕਿ ਭਾਰਤ ਦੇ ਵਿੱਚ ਇੱਕ ਸੰਸਥਾ ਜਿਹੜੀ ਕਿ ਹਿੰਦੂਤਵਾ ਕੱਟੜਪੰਥੀ ਸੋਚਦੀ ਆ ਰਾਸ਼ਟਰੀ ਸਵਯਮ ਸੇਵਕ ਸੰਘ RSS ਉਹਦਾ ਨੈੱਟਵਰਕ ਕੈਨੇਡਾ 'ਤੇ ਵੀ ਹੈ ਜਿਸ ਦੇ ਬਾਰੇ NDP ਨੇ ਆਪਣੀ ਕਨਵੈਨਸ਼ਨ ਦੇ ਵਿੱਚ ਵੀ ਕਿਹਾ ਕਿ ਇਸ 'ਤੇ ਪਾਬੰਦੀ ਹੋਵੇ। ਇਹ ਗੱਲਾਂ ਦੇ ਨਾਲ ਨਾਲ ਹੋਰ ਵਿਸ਼ਿਆਂ ਨੂੰ ਅਸੀਂ ਜਿਵੇਂ ਅੱਜ ਛੂਹਾਂਗੇ ਉਹਨਾਂ ਦੇ ਵਿੱਚ ਇਹ ਵੀ ਹੈ ਕਿ ਲੰਮੇ ਅਰਸੇ ਤੋਂ ਆਵਾਜ਼ ਚੱਲ ਰਹੀ ਸੀ ਕਿ ਗੁਰਦਾਸ ਮਾਨ ਵਿਵਾਦਿਤ ਗਾਇਕ ਜਿਸਨੇ ਬੜੀਆਂ ਗਲਤ ਟਿੱਪਣੀਆਂ ਕੀਤੀਆਂ ਸਨ ਉਸ ਦਾ ਪ੍ਰੋਗਰਾਮ ਰੱਦ ਹੋਵੇ, ਸੋ ਉਹ ਫਿਲਹਾਲ ਜਿਹੜਾ ਮੁਲਤਵੀ ਕੀਤਾ ਗਿਆ ਪ੍ਰਬੰਧਕਾਂ ਅਨੁਸਾਰ ਗੁਰਦਾਸ ਮਾਨ ਦੇ ਇਸ ਵਰਤਾਰੇ ਨੂੰ ਲੈ ਕੇ ਤਿੱਖੀ ਚਰਚਾ ਵੀ ਹੈ ਅਤੇ ਇਸ ਦਾ ਵਿਰੋਧ ਕੈਨੇਡਾ ਦੀ ਜਿਹੜੀ ਜਥੇਬੰਦੀ ਹੈ ਮਾਂ ਬੋਲੀ ਪੰਜਾਬੀ ਦੇ ਵਾਰਸ ਅਤੇ ਉਸ ਤੋਂ ਇਲਾਵਾ ਹੋਰ ਸੰਸਥਾਵਾਂ ਜਿਨ੍ਹਾਂ 'ਚ ਸਥਾਨਕ ਜੀਵੇ ਪੰਜਾਬ ਅਦਬੀ ਫਾਊਂਡੇਸ਼ਨ ਲੋਕ ਲਿਖਾਰੀ ਸਾਹਿਤ ਸਭਾ ਉੱਤਰੀ ਅਮਰੀਕਾ ਕੈਨੇਡੀਅਨ ਸਿੱਖ ਸਟੱਡੀ ਟੀਚਿੰਗ ਸੁਸਾਇਟੀ ਜਾਂ ਇਸ ਦੇ ਨਾਲ ਹੀ ਜਿਹੜੀਆਂ ਸਾਡੀਆਂ ਵਨਜਾਰਾ ਨੋਮੈਡ ਵਰਗੀਆਂ ਜਨ ਸੰਸਥਾਵਾਂ ਨੇ ਉਹ ਵੀ ਸ਼ਾਮਲ ਨੇ। ਹੋਇਆ ਇਹ ਕਿ ਜੱਜਾਂ ਦੀ ਕਮੇਟੀ ਨੇ ਜਦੋਂ ਫੈਸਲਾ ਕਰ ਲਿਆ ਕਿ ਇਸ ਵਰੇ ਦਾ ਜਿਹੜਾ ਪੰਜਾਬੀ ਸੰਗੀਤ ਦਾ ਜਿਹੜਾ ਐਵਾਰਡ ਹੈ ਉਹ ਗੁਰਦਾਸ ਮਾਨ ਜੀ ਨੂੰ ਦਿੱਤਾ ਜਾਣਾ, ਜਦੋਂ ਸੋਸ਼ਲ ਮੀਡੀਆ 'ਤੇ ਇਹਦਾ ਐਲਾਨ ਹੋਇਆ ਤਾਂ ਸਾਰੀ ਦੁਨੀਆਂ ਵਿੱਚ ਵਸਦੇ ਪੰਜਾਬੀ ਸੌਜਵਾਨਾਂ ਲਿਖਾਰੀਆਂ ਅਤੇ ਪੰਜਾਬੀ ਤਨਜ਼ੀਮਾਂ ਨੇ ਪੰਜਾਬੀ ਕਮਿਊਨਿਟੀ ਨੇ ਜਿੱਥੋਂ ਵੀ ਜਿਹਨੂੰ ਵੀ ਇਸ ਖਬਰ ਦਾ ਪਤਾ ਲੱਗਾ ਉਹਨਾਂ ਨੇ ਬਰਾਹ ਰਾਸ ਡਾਇਰੈਕਟਲੀ ਵਾਰਿਸ ਸ਼ਾਹ ਆਲਮੀ ਅਵਾਰਡ ਅਤੇ ਉਹਦੀ ਆਪਣਾ ਜਿਹੜੀ ਅਵਾਰਡ ਕਮੇਟੀ ਉਹਨਾਂ ਨੂੰ ਰਾਬਤਾ ਕਰਕੇ ਇਤਰਾਜ਼ ਕੀਤਾ ਇਸ ਗੱਲ 'ਤੇ ਕਿ ਗੁਰਦਾਸ ਮਾਨ ਜੀ ਇਸ ਅਵਾਰਡ ਦੇ ਹੱਕਦਾਰ ਨਹੀਂ ਹਨ ਕਿਉਂਕਿ ਉਹ ਪੰਜਾਬ ਅਤੇ ਪੰਜਾਬੀ ਦੇ ਹਵਾਲੇ ਨਾਲ ਗੁਜ਼ਰੇ ਕੁਝ ਸਾਲਾਂ ਵਿੱਚ ਉਹਨਾਂ ਨੇ ਕੁਝ ਐਸੀਆਂ ਗੱਲਾਂ ਕੀਤੀਆਂ ਨੇ ਜਿਹਦੀ ਵਜ੍ਹਾ ਤੋਂ ਉਹ ਇੱਕ ਇੰਤਹਾਈ ਮੁਤਨਾਜ਼ਾ ਬਣ ਚੁੱਕੇ ਨੇ ਅਤੇ ਪੰਜਾਬੀ ਕਮਿਊਨਿਟੀ ਖਾਸ ਕਰ ਚੜ੍ਹਦੇ ਪੰਜਾਬ ਅਤੇ ਕੈਨੇਡਾ ਅਤੇ ਅਮਰੀਕਾ ਵਿੱਚ ਅਤੇ ਇੰਗਲੈਂਡ ਅਤੇ ਯੂਰਪ ਵਿੱਚ ਉਹਨਾਂ ਦਾ ਮੁਕੰਮਲ ਤੌਰ 'ਤੇ ਸੋਸ਼ਲ ਬਾਈਕਾਟ ਕਰ ਰੱਖਿਆ। ਇਹ ਗੱਲ ਬਹੁਤ ਲੰਮੀ ਹੋ ਜਾਏਗੀ ਲੇਕਿਨ ਮੁਖਤਸਰਨ ਮੈਂ ਇਹ ਦੱਸ ਸਕਦਾ ਕਿ ਗੁਰਦਾਸ ਮਾਨ ਜੀ ਉਹਨਾਂ ਕੋਲੋਂ ਕੁਝ ਗੱਲਾਂ ਐਸੀਆਂ ਹੋਈਆਂ ਨੇ ਜਾਂ ਉਹਨਾਂ ਨੇ ਕੁਝ ਐਸੀਆਂ ਗੱਲਾਂ ਕੀਤੀਆਂ ਨੇ ਜਿਨ੍ਹਾਂ ਨੇ ਓਵਰਆਲ ਪੰਜਾਬੀ ਕਮਿਊਨਿਟੀ ਦਾ ਭਾਵੇਂ ਉਹ ਪਾਕਿਸਤਾਨ 'ਚ ਬੈਠੀ ਹੋਵੇ ਭਾਵੇਂ ਇੰਡੀਆ 'ਚ ਬੈਠੀ ਹੋਵੇ ਕੈਨੇਡਾ ਅਮਰੀਕਾ ਜਾਂ ਯੂਰਪ 'ਚ ਬੈਠੀ ਹੋਵੇ ਉਹਨਾਂ ਨੂੰ ਦੁਖੀ ਕੀਤਾ ਉਹਨਾਂ ਦੀ ਦਿਲ ਆਜ਼ਾਰੀ ਕੀਤੀ ਹੈ ਅਤੇ ਜਿਹਦੀ ਵਜ੍ਹਾ ਤੋਂ ਗੁਰਦਾਸ ਮਾਨ ਜੀ ਦੇ ਇਸ ਰਵੱਈਏ ਇਸ ਮਨਫੀ ਰਵੱਈਏ ਦੇ ਖਿਲਾਫ਼ ਪੰਜਾਬੀ ਕਮਿਊਨਿਟੀ 'ਚ ਓਵਰਆਲ
सख्त नाराजगी ते गमो गुस्सा पैदा हो चुकी है। इस वास्ते मैनू मेरा आप मैनू जड़ी अंदर दी खबर पता लगी है वो ए है कि वारिस शाह आलमी अवार्ड दी जड़ी अपना अवार्ड कमेटी है उन्होंने नामजदगी जड़ी कीती गुरदास मान जी दी अपना म्यूजिक दे पंजाबी म्यूजिक दे खेतर विच उस अवार्ड नू वारिस शाह आलमी अवार्ड नू फिलहाल रोक लिया है। सानू माण वाली गल है कि वरजारा नोबेंट दे सेवादार राज सिंह पंडाल अज साडे नाल ने। गल कल्ले गुरदास मान दी नहीं है, गल उस विचार दी है जिहड़ा वो बार बार उभार रहा है, वह है राष्ट्रवाद का वह मुद्दा जिस दे राही वो हुण भी प्रोग्राम मुलतवी करके भी यह साबित करना चाहुंदा है कि इसका कारण है कैनेडा ते भारत के संबंधों के तनाव, जबकि उस को कैनेडा का वीज़ा भी सी, सजिंदियां कोल भी सी। इस दे नाल ही होर भी कलाकार पिछे जे एक कलाकार की चर्चा चली दलजीत दोसांझ कि न्यूजीलैंड उसका प्रोग्राम होना है, जिहड़े अमृतधारी जा रहे ने सिख जिन्होंने श्री साहिब पहलियां छुट्टियां, कहा जा रहा है कि ये प्रवान नहीं है, उस दे उपर भी कई तरह के इतराज़ उठाए गए ते कई बिल्कुल गलत जड़ियां बेबुनियाद गल्लां कीतियां गईयां कि वह लक्कड़ दी होवे अंदर जिहड़ा उस दे विच म्यान दे विच कृपाण है वह इस तरह की होवे, उस बारे वर्ल्ड सिख ऑर्गनाइजेशन ने आवाज़ भी उठाई है, अपने पन्नियां ते उस गल नूं हाईलाइट भी किया है। सो ये सांझे मसले ने जिन्हां बारे असीं गल कर रहे हैं। वैसे भी असीं अपनी जिहड़ी पछाण आइडेंटिटी है जिहड़ी उस नूं छुपाउण दे वास्ते जो कुछ करदे हां वह मंदभागा वरतारा है। पिछे जे साउथ एशियन शब्द के उपर बड़ा जोर दिता गया, इतों की एक यूनिवर्सिटी UFB दे विच अपनी वैबसाइट के प्रोग्रामा के दौरान खास तौर पर जिहड़ा रिसर्च सेंटर है उस दे विच इस नूं जस्टिफाई करन दी भी कोशिश कीती। कुछ म्यूजियम के उपर तैयारियां चल रही ने उन्हां विच भी ये साउथ एशियन शब्द की चर्चा चली, पर माण वाली गल है कि राज सिंह पंडाल वणजारा नोमेड संस्था तो इस तरह के होर चेतना पद्धर के लोगों ने इसका विरोध किया। सो असीं इन्हां मुद्दों नूं लैके अज तुहाडे नाल शामिल हो रहे हैं। सब तो पहला मेहमान उन्होंने जी आया आखते हैं, स्वागत है राज सिंह जी। जी धन्यवाद जी समा देने लई ते मिल बैठण लई ते सारे देखण वालेयां नूं मेरे वल्लों सति श्री अकाल। सति श्री अकाल जी। सब तो पहला असीं पंडाल साहब इत्थों ही गल शुरू करते हैं कि एक रिपोर्ट जिहड़ी है WSO वल्लों जां कैनेडियन मुस्लिम ऑर्गनाइजेशन उन्होंने वल्लों तैयार की गई सी, उह सी कि RSS ते पाबंदी लाउणी। सो उस पाबंदी की आवाज़ चली सी पिछे जे असीं दर्शकों के नाल भी उस गल नूं साझा किया सी, उस रिपोर्ट ते पूरा प्रोग्राम होया सी कि RSS ते उसकी एफिलिएटेड जिहड़ियां संस्थावां ने क्यों उन्हां ते रोक लाई जावे हुण, क्योंकि कैनेडा दे विच भारतीय मुदाखलत का मुद्दा चलिया, इस नूं लैके उत्थों दे जिहड़े डिप्लोमेट है उन्हां ते कार्रवाई भी हुई है, एक नूं कढ़िया भी गया कैनेडा चों, हुण जो NDP दी नैशनल कन्वेंशन है इस दे विच ये मुद्दे उभारे गए ने। सो असीं चाहांगे कि गल्लबात उत्थों ही शुरू करिए। जी जी, जिहड़ी NDP दी कन्वेंशन हैमिल्टन च हो रही है जी, उन्हां वल्लों ये मुद्दा पेश कीता, टेबल कीता गया कि जिहड़ी RSS है ते जिहड़ी उन्हां दी अफिलिएट संस्थावां ने उन्हां ते कैनेडा च बैन लाया जावे। सो वो काफ़ी संभावना है भी वो ते गौर होएगा, बाकी आने वाला समा दसेगा जी भी किदा होंदा। ते उस तो पहला WSO ने एक बड़ी अच्छी RSS ते रिपोर्ट जारी की सी, ते उन्हां दे नाल जिहड़ी नैशनल काउंसिल ऑफ मुस्लिम कैनेडा दी सीगी वह जॉइंटली उन्होंने एक बयान भी दिता सीगा कि जिहड़ियां संस्थावां ने ये जिहड़े घट गिणती है उन्हां नाल काफ़ी धक्का कर रही ने, सो इस करके उन्हां ते बैन लगना चाहीदा है जी। ये दोवें मते जिहड़े ने पढ़ के जरूर दसीए सी जी, ये दो मते ने जिन्हां मतियां दी असीं गल कर रहे हैं दर्शकों के नाल, ये दोहें मते गौर करन वाले ने। इन्हां दे विच कैनेडा दे विच भारतीय डिप्लोमेट जिहड़ी उन्हां दी कार्रवाई है उस ते भी आवाज़ उठाई गई है, ते दूसरा जिहड़ा है RSS दे संबंध दे विच। RSS बारे एक गल दस दईए कि सावरकर वर्गे जां उस दे होर जिहड़े संस्थापक ने उन्हां दी जेकर तुसीं बयानबाजी पढ़ो ते उन्हां दे किस तरह मनुखी हक्कां घट गिणतियां दे औरतां ते तशद्दुद उन्हां दे बारे जो कुछ बयान आ ਉਹ ਅੱਜ ਜਦੋਂ ਅਸੀਂ ਜੰਗ ਦੇ ਵਿੱਚ ਜਿਹੜੀਆਂ ਗੱਲਾਂ 'ਤੇ ਇਤਰਾਜ਼ ਕਰਦੇ ਹਾਂ, ਅੱਜ ਇਜ਼ਰਾਈਲ ਫਲਸਤੀਨ ਦੇ ਜੋ ਹਾਲਾਤ ਬਣੇ ਹੋਏ ਨੇ, ਉਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਆਵਾਜ਼ ਉੱਠ ਰਹੀ ਹੈ RSS ਦੇ ਵਿਚਾਰਧਾਰਕ ਪੱਖ ਨੂੰ ਦੇਖੋ ਤਾਂ ਜੰਗ ਦੇ ਵਿੱਚ ਕੀ ਜਾਇਜ਼ ਹੈ, ਔਰਤਾਂ ਸਮੂਹਿਕ ਬਲਾਤਕਾਰ, ਘੱਟ ਗਿਣਤੀਆਂ ਦੀ ਨਸਲਕੁਸ਼ੀ, ਤਸ਼ੱਦਦ, ਆਪਣਾ ਜਿਹੜਾ ਉਹ ਸਵਾਸਤਵਿਕ ਪੱਖ ਜਿਹੜਾ ਹੈ ਖਾਸ ਤੌਰ 'ਤੇ ਹਿਟਲਰ ਸ਼ਾਹੀ ਨੂੰ ਪ੍ਰਮੋਟ ਕਰਨਾ,
ਇਹ ਸਾਰੀਆਂ ਗੱਲਾਂ ਵੀ ਸਾਡੀਆਂ ਜਿਹੜੀਆਂ ਇਹ ਧਿਆਨ ਗੋਚਰ ਮੰਗ ਕਰਦੀਆਂ ਨੇ। ਪਰ ਭਾਰਤ ਦੇ ਵਿੱਚ ਮੁਸਲਿਮ ਸੰਸਥਾਵਾਂ ਜਿਹੜੀਆਂ ਨੇ, ਜਿਨ੍ਹਾਂ ਨੂੰ ਦਹਿਸ਼ਤਗਰਦੀ ਕਈ ਕਰਾਰ ਦੇ ਕੇ ਪਾਬੰਦੀਆਂ ਲਾਈਆਂ ਗਈਆਂ ਨੇ, ਸਿੱਖ ਸੰਸਥਾਵਾਂ ਉਹਨਾਂ 'ਤੇ ਵੀ ਪਾਬੰਦੀਆਂ ਲਾਈਆਂ ਗਈਆਂ ਨੇ, ਅਤੇ ਭਾਰਤ ਨੇ ਕੈਨੇਡਾ ਆਦਿ ਦੇਸ਼ਾਂ ਦੇ ਵਿੱਚ ਵੀ ਉਹਨਾਂ ਕਈ ਸੰਸਥਾਵਾਂ 'ਤੇ ਪਾਬੰਦੀਆਂ ਲਵਾ ਦਿੱਤੀਆਂ ਨੇ। ਪਰ ਆਪਣੇ ਦੇਸ਼ 'ਚ ਇੱਕ ਵੀ ਹਿੰਦੂ ਔਰਗਨਾਈਜੇਸ਼ਨ ਜਿਹੜੀ ਕਿ ਚਾਹੇ ਮਾਲੇਗਾਓਂ ਦੇ ਬੰਬ ਧਮਾਕਿਆਂ 'ਚ ਸ਼ਮੂਲੀਅਤ ਦੀ ਗੱਲ ਹੋਵੇ, ਜਾਂ ਫਿਰ ਗੁਜਰਾਤ ਕਤਲੇਆਮ ਦੇ ਵਿੱਚ ਗੱਲ ਹੋਵੇ, ਜਾਂ ਫਿਰ ਉੜੀਸਾ ਦੇ ਵਿੱਚ ਇਸ ਈਸਾਈ ਦੇ ਪਰਿਵਾਰ ਨੂੰ ਮਾਰੇ ਜਾਣ ਦੀ ਗੱਲ ਹੋਵੇ, ਜਾਂ ਹੋਰ ਘੱਟ ਗਿਣਤੀਆਂ ਦੇ ਉੱਪਰ ਜਬਰ ਦੀ ਗੱਲ ਹੋਵੇ, 84 ਦੀ ਨਸਲਕੁਸ਼ੀ ਦੀ ਗੱਲ ਹੋਵੇ, ਜਾਂ ਹੋਰ ਹੈ, ਕਿਸੇ ਬਾਰੇ ਕੋਈ ਆਵਾਜ਼ ਨਹੀਂ। ਬਲਕਿ ਇਹ ਤਾਂ ਖੁਦ ਸਰਕਾਰਾਂ ਹੀ ਕਰਵਾਉਂਦੀਆਂ ਰਹੀਆਂ ਨੇ, ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ। ਇਸੇ ਕਾਰਨ ਹੀ ਆਵਾਜ਼ ਵਾਰ ਵਾਰ ਉੱਠ ਰਹੀ ਹੈ ਕਿ ਇਨਸਾਫ਼ ਦੇ ਲਈ ਕੈਨੇਡਾ ਤੋਂ ਇਹ ਗੱਲ ਜ਼ਰੂਰ ਉੱਠੇ। ਅਤੇ ਕੈਨੇਡਾ ਦੀ ਰਾਜਨੀਤਿਕ ਪਾਰਟੀ ਜਿਹੜੀ ਇਸ ਵੇਲੇ ਕੇਂਦਰੀ ਪਾਰਟੀ ਹੈ, ਅਤੇ ਕੈਨੇਡਾ ਦੀ ਸਰਕਾਰ ਦੀ ਭਾਈਵਾਲ ਵੀ ਹੈ, ਉਸ ਦੇ ਵੱਲੋਂ ਇਹ ਆਵਾਜ਼ ਉਠਾਈ ਗਈ ਹੈ। ਇਹ ਬੜੀ ਜਾਇਜ਼ ਸੀ ਅਤੇ ਬੜੀ ਜ਼ਰੂਰੀ ਵੀ ਸੀ, ਕਿਉਂਕਿ ਭਾਰਤ ਵਿੱਚ ਅਜੇ ਤੱਕ ਬਿਲਕੁਲ ਕਿਸੇ ਵੀ ਹਿੰਦੂਤਵਾ ਕੱਟੜ ਜਥੇਬੰਦੀ 'ਤੇ ਪਾਬੰਦੀ ਨਹੀਂ ਲੱਗੀ। ਕੈਨੇਡਾ ਦੇ ਵਿੱਚ ਇੱਥੋਂ ਦੇ ਪ੍ਰੋਫੈਸਰ ਸਾਹਿਬਾਨਾਂ ਨੇ, ਯੂਨੀਵਰਸਿਟੀ ਦੇ ਰਿਸਰਚ ਸਕਾਲਰਾਂ ਨੇ ਵੀ ਪਿੱਛੇ ਜੇ ਮੰਗ ਕੀਤੀ ਸੀ ਕਿ ਜਿਹੜੀਆਂ ਇਹ ਮੁਦਾਖਲਤ ਇਹਨਾਂ ਦੀ ਹੋ ਰਹੀ ਹੈ, ਕਿਸ ਤਰ੍ਹਾਂ ਧਮਕੀਆਂ ਤੱਕ ਹੋ ਰਹੀਆਂ ਨੇ, ਕੀ ਕੁਝ ਹੋ ਰਿਹਾ, ਉਸ ਲਈ ਆਵਾਜ਼ ਉੱਠੇ। ਸੋ ਇੱਥੋਂ ਦੀ ਨੈਸ਼ਨਲ ਪਾਰਟੀ ਨਿਊ ਡੈਮੋਕ੍ਰੇਟ ਪਾਰਟੀ ਨੇ ਆਪਣੇ ਜਿਹੜੇ ਰੈਜ਼ੋਲੂਸ਼ਨ ਜਿਹੜੇ ਪੇਸ਼ ਕੀਤੇ ਨੇ, ਉਹ ਕੁਝ ਇਸ ਤਰ੍ਹਾਂ ਨੇ ਜੀ। ਜੀ ਉਹ ਹੈਗਾ ਜੀ, ਬੀ ਇਟ ਰਿਜ਼ੋਲਵਡ, ਕੈਨੇਡਾਜ਼ ਨਿਊ ਡੈਮੋਕ੍ਰੈਟਸ ਰੈਕੋਗਨਾਈਜ਼ ਐਂਡ ਕਾਲ ਫੋਰ ਡਿਪਲੋਮੈਟਿਕ ਸੈਂਕਸ਼ਨਸ ਐਂਡ ਰਿਵਿਊ ਆਫ ਆਲ ਇੰਡੀਅਨ ਡਿਪਲੋਮੈਟਸ ਇਨ ਕੈਨੇਡਾ। ਸੋ ਇਹ ਪਹਿਲਾ ਸੀਗਾ ਜੀ, ਅਤੇ ਦੂਸਰਾ ਹੈਗਾ, ਬੀ ਇਟ ਫਰਦਰ ਰਿਜ਼ੋਲਵ ਦੈਟ ਕੈਨੇਡਾਜ਼ ਨਿਊ ਡੈਮੋਕ੍ਰੈਟਸ ਆਲਸੋ ਕਾਲ ਫੋਰ ਏ ਬੈਨ ਔਨ ਦਾ ਐਕਸਟ੍ਰੀਮ ਰਾਈਟ ਪੈਰਾਮਿਲਟਰੀ ਔਰਗਨਾਈਜੇਸ਼ਨਸ ਨੋਨ ਐਜ ਦਾ ਰਾਸ਼ਟਰੀ ਸਵੈਮ ਸੇਵਕ ਸੰਘ RSS ਨੈਟਵਰਕ ਐਂਡ ਇਟਸ ਅਫੀਲੀਏਟਸ ਇਨ ਕੈਨੇਡਾ। ਸੋ ਇਹ ਦੋ ਪੇਸ਼ ਹੋਏ ਨੇ ਜੀ, ਅਤੇ ਬਾਕੀ ਆਪਾਂ ਨੂੰ ਆਉਣ ਵਾਲਾ ਸਮਾਂ ਦੱਸੇਗਾ। ਅਤੇ ਇੱਕ ਮੈਂ ਟਿੱਪਣੀ ਕਰਨਾ ਚਾਹੁੰਦਾ ਸੀ ਇਜ਼ਰਾਇਲ 'ਤੇ ਜਿਹੜਾ ਹੋ ਰਿਹਾ ਫਲਸਤੀਨ। ਬਿਲਕੁਲ, ਮੈਂ ਸੋਚਦਾ ਹੁੰਦਾ ਜੀ ਵੀ ਜਿਹੜੇ ਮੇਰੇ ਪਰਸਨਲ ਵਿਚਾਰ ਨੇ ਵੀ ਆਪਣਾ ਕਹਿਣਾ ਬਣਦਾ ਵੀ ਐਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ। ਅਤੇ ਦੂਸਰਾ ਮੈਂ ਇਹ ਸੋਚਦਾ ਵੀ ਮੇਰਾ ਉਹਨਾਂ ਦੋਨਾਂ ਧਿਰਾਂ ਨੂੰ ਮੇਰੇ ਆਪਣੇ ਵੱਲੋਂ ਇਹ ਸੁਨੇਹਾ ਹੁੰਦਾ ਬਈ ਉਹਨੂੰ ਮੈਂ ਤਾਂ ਬਹੁਤ ਪ੍ਰਸਾਈਸਲੀ ਜਿਹਾ ਫਰੇਜ਼ ਕੀਤਾ ਹੋਇਆ ਬਈ ਬੀ ਰਾਈਟ, ਬੀ ਜਸਟ, ਬਟ ਬੀ ਕਾਇੰਡ। ਥੋੜ੍ਹਾ ਖਿਆਲ ਰੱਖੋ ਇਸ ਟਾਈਮ, ਹੈ ਨਾ, ਕਿਉਂਕਿ ਸਾਰੀ ਦੁਨੀਆ ਦੀਆਂ ਨਿਗਾਹਾਂ ਤੁਹਾਡੇ ਵੱਲ ਨੇ, ਔਰ ਜੋ ਇਹ ਦੋ ਧਿਰਾਂ ਕਰ ਰਹੀਆਂ ਨੇ ਉਹ ਉਹਦੇ ਤੋਂ ਰੈਫਰੈਂਸ ਪੁਆਇੰਟ ਸੈੱਟ ਹੋਣੇ ਨੇ। ਉੱਤੋਂ ਜਿਹੜੀਆਂ ਹੋਰ ਦੁਨੀਆ ਦੀਆਂ ਕੰਟਰੀਜ਼ ਨੇ, ਕੌਮਾਂ ਨੇ, ਉਹਨਾਂ ਨੇ ਇਹਨਾਂ ਤੋਂ ਸੇਧ ਲੈਣੀ ਆ। ਸੋ ਥੋੜ੍ਹਾ ਖਿਆਲ ਰੱਖੋ। ਬਿਲਕੁਲ ਜੀ, ਜੇ ਹੁਣ ਇਸੇ ਨੂੰ ਅਸੀਂ ਦੂਸਰੇ ਨੁਕਤੇ ਤੋਂ ਦੇਖੀਏ ਕਿ ਗੁਰੂ ਨਾਨਕ ਸਾਹਿਬ ਨੇ, ਦੇਖੋ ਜਦੋਂ ਅਸੀਂ ਬਾਬਰ ਦੇ ਹਮਲੇ ਦੀ ਗੱਲ ਕਰਦੇ ਹਾਂ, ਉਸ ਵੇਲੇ ਜੋ ਇਹ ਕਿਹਾ ਕਿ ਇਤੀ ਮਾਰ ਪਈ ਕੁਰਲਾਣੇ ਤੈਕ ਨਹੀਂ ਦਰਦ ਨਾ ਆਇਆ, ਜਾਂ ਫਿਰ ਪਾਪ ਕੀ ਜੰਝਲੇ ਕਾਬਲੋਂ ਧਾਇਆ, ਜੋਰੀ ਮੰਗੇ ਤਾਨਵੇ ਲਾ ਲਓ, ਅਤੇ ਉਸ ਸ਼ਬਦ ਵਿੱਚ ਵਿਸਥਾਰ 'ਚ ਦੱਸਿਆ ਗਿਆ ਕਿਸ ਤਰ੍ਹਾਂ ਮੁਗਲ ਪਠਾਣਾ ਭਾਈ ਲੜਾਈ ਜਿਸ ਤਰ੍ਹਾਂ ਅੱਗੇ ਜਾ ਕੇ ਕਿਸ ਤਰ੍ਹਾਂ ਔਰਤਾਂ ਦੇ ਉੱਪਰ ਉਹਨਾਂ ਦੇ ਜਿਨਸਰ ਸੋਹਣ ਪੱਟੀਆਂ ਮੰਗੀ ਪਾਏ ਸੂਰ ਸੋ ਸਿਰ ਕਾਤੀ ਮੁੰਨੀਅਨ ਗੱਲ ਵਿੱਚ ਆਵੇ ਧੂੜ, ਬਹੁਤ ਡਿਟੇਲ ਦੇ ਵਿੱਚ ਗੁਰੂ ਸਾਹਿਬ ਨੇ ਜੋ ਉਸ ਨੂੰ ਵਿਸਤਾਰ ਕੀਤਾ, ਕੋਈ ਵੀ ਸਮਕਾਲੀ ਇਤਿਹਾਸਕਾਰ ਨੇ ਮਜਾਲ ਨਹੀਂ ਸੀ ਕੀਤੀ ਕਿ ਬਾਬਰ ਦੇ ਸਮਕਾਲੀ ਹਿਸਟੋਰੀਅਨ ਨੇ ਇਹ ਉਸ ਨੂੰ ਜਾਬਰ ਕਿਹਾ ਹੋਵੇ ਜਾਂ ਇੰਨਾ ਕੁਝ ਲਿਖਿਆ ਹੋਵੇ, ਪਰ ਗੁਰੂ ਸਾਹਿਬ ਨੇ ਉਹਨਾਂ ਸਾਰਿਆਂ ਤੋਂ ਉੱਪਰ ਇੱਕ ਅਧਿਆਤਮਕ ਰੂਹਾਨੀ ਰੂਪ ਦੇ ਵਿੱਚ ਹੋਣ ਦੇ ਨਾਲ ਨਾਲ ਜੋ ਰਾਜਨੀਤਿਕ ਪੱਖੋਂ ਜਿੰਨੀਆਂ ਜ਼ਬਰਦਸਤ ਇਹ ਵਿਚਾਰਾਂ ਜਿਹੜੀਆਂ ਸਾਹਮਣੇ ਰੱਖੀਆਂ, ਸੰਸਾਰ ਨੂੰ ਇਹ ਕਿਹਾ ਕਿ ਗਲਤ ਨੂੰ ਗਲਤ ਕਹੋ। ਸੋ ਮੌਜੂਦਾ ਸਮੇਂ ਜੋ ਹੋ ਰਿਹਾ ਉਸ ਦੇ ਵਿੱਚ ਆਵਾਜ਼ ਬੁਲੰਦ ਕਰਨੀ ਬੜੀ ਜ਼ਰੂਰੀ ਹੈ, ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਿ ਜੰਗ ਦੇ ਵਿੱਚ ਜਿਹੜਾ ਸਿੱਖਾਂ ਦਾ ਫਲਸਫਾ ਹੈ, ਈਵਨ ਜੰਗ ਵੀ ਜੇਕਰ ਹੋਵੇ ਤਾਂ ਫਿਰ ਉਹ ਕੀ ਹੁੰਦਾ। ਗੁਰੂ ਹਰਗੋਬਿੰਦ ਸਾਹਿਬ ਦੇ ਇਤਿਹਾਸਕ ਜੰਗਾਂ ਦੀ ਗੱਲ ਕਰੀਏ ਤਾਂ ਅਨੇਕਾਂ ਮਿਸਾਲਾਂ ਜਿਹੜੀਆਂ ਸਾਡੇ ਪ੍ਰਮਾਣਿਕ ਲਿਖਤਾਂ ਤੋਂ ਮਿਲਦੀਆਂ ਨੇ ਕਿ ਗੁਰੂ ਸਾਹਿਬ ਦਾ ਇਹ ਸੁਨੇਹਾ ਸੀ, ਕੋਈ ਵੀ ਦੁਸ਼ਮਣ ਦਾ ਪਰਿਵਾਰ, ਉਸ ਦੀ ਧੀ, ਉਸ ਦਾ ਬੱਚਾ, ਉਸ 'ਤੇ ਕਦੇ ਜੁਰਮ ਨਾ ਹੋਵੇ, ਉਸ ਦੀ ਬੇਪਤੀ ਨਾ ਹੋਵੇ। ਹੁਣ ਅਸੀਂ ਜਦੋਂ RSS ਦੀ ਗੱਲ ਕਰਦੇ ਹਾਂ, ਉਸ ਦਾ ਇੱਕ ਏਜੰਡਾ ਦੇਖਦੇ ਹਾਂ ਕੀ ਕੁਝ ਹੈ। ਮੌਜੂਦਾ ਸਮੇਂ ਜੋ ਇਜ਼ਰਾਈਲ ਫਲਸਤੀਨ ਦੇ ਵਿੱਚ ਹੋ ਰਿਹਾ, ਕੀ ਹੋ ਰਿਹਾ ਪੱਤਰਕਾਰਾਂ 'ਤੇ, ਪਰਿਵਾਰਾਂ 'ਤੇ, ਔਰਤਾਂ 'ਤੇ ਤਸ਼ੱਦਦ ਦੀ ਗੱਲ, ਪਰ ਇਹ ਗੁਰੂ ਸਾਹਿਬ ਦਾ ਸਿਧਾਂਤ ਸੀ ਜਿਸ ਨੂੰ ਬਾਅਦ ਦੇ ਵਿੱਚ ਗੁਰੂ ਸਾਹਿਬਾਨ ਤੋਂ ਬਾਅਦ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਸਮੇਂ ਫੋਲੋ ਕੀਤਾ ਗਿਆ, ਲਗਾਤਾਰ ਭਵਿੱਖ ਵਿੱਚ ਵੀ ਹੋਏਗਾ। ਇਹ ਸਿੱਖ ਸਿਧਾਂਤ ਹੈ, ਸਿੱਖ ਸਮਾਜ 'ਚ ਕਮਜ਼ੋਰੀ ਹੋ ਸਕਦੀ ਹੈ, ਸਿਧਾਂਤ ਪਰ ਪੱਕ ਹੈ। ਇਸੇ ਤਰੀਕੇ ਨਾਲ ਜੰਗ ਦੇ ਵਿੱਚ ਕਿਹੜੀਆਂ ਗੱਲਾਂ ਜਿਹੜੀਆਂ ਹਨ, ਜੇ ਜੰਗ ਹੋਵੇ ਵੀ
ਤਾਂ ਕਿਹੜੀਆਂ ਗੱਲਾਂ 'ਤੇ ਗੌਰ ਕਰਨਾ? ਇਹ ਗੱਲਾਂ ਅੱਜ ਸੋਚਣ ਵਾਲੀਆਂ ਨੇ। ਅੱਜ ਜਦੋਂ ਜੰਗ ਦੇ ਵਿੱਚ ਕਹਿੰਦੇ ਸਭ ਕੁਛ ਜਾਇਜ਼ ਹੈ, ਪਰ ਗੁਰਬਾਣੀ ਕਹਿੰਦੀ ਜਾਂ ਗੁਰੂ ਸਾਹਿਬ ਕਹਿੰਦੇ ਜਾਂ ਸਿੱਖ ਇਤਿਹਾਸ ਕਹਿੰਦਾ ਨਹੀਂ, ਸਭ ਕੁਛ ਜਾਇਜ਼ ਨਹੀਂ। ਜੇਕਰ ਜੰਗ ਵੀ ਹੈ ਉਹਦੇ ਵਿੱਚ ਵੀ ਕੁਝ ਨਾ ਕੁਝ ਤੁਹਾਡੇ ਪੈਮਾਨੇ ਹੋਣੇ ਲਾਜ਼ਮੀ ਨੇ। ਸੋ ਇਹ ਗੱਲ ਗੁਰੂ ਸਾਹਿਬਾਨ ਨੇ ਦੱਸੀ, ਬਾਅਦ ਦੇ ਵਿੱਚ ਬੱਬਰ ਅਕਾਲੀਆਂ ਨੇ ਵੀ ਅਪਣਾਈ। ਜਦੋਂ ਆਪਣੇ ਹਮਲਾਵਰ ਰੁੱਖ ਅਖਤਿਆਰ ਕਰਦੇ ਸਨ ਤਾਂ ਕਹਿੰਦੇ ਸਨ ਕਿ ਕਿਸੇ ਵੀ ਵੈਰੀ ਦੀ ਧੀ ਭੈਣ ਜਾਂ ਬੱਚੇ ਨੂੰ ਕਦੇ ਵੀ ਬੇਪਤੀ ਨਹੀਂ ਕਰਨੀ, ਮਾਰਨਾ ਨਹੀਂ ਹੈ। ਸੋ ਇਹ ਸਿਧਾਂਤ ਹੈ। ਜਦੋਂ ਅਸੀਂ ਅੱਜ ਦੇ ਸਮੇਂ ਇਹ ਗੱਲਾਂ ਕਰ ਰਹੇ ਹਾਂ, ਹੁਣ ਅਸੀਂ RSS ਤੋਂ ਹੀ ਗੱਲ ਸ਼ੁਰੂ ਕੀਤੀ ਹੈ। ਸੋ ਜਿਹੜੀ ਇਹ ਸੰਸਥਾ ਹੈ, ਇਸ ਦਾ ਜਿਹੜਾ ਟਰੈਕ ਰੈਕਡ ਹੈ, ਜੋ ਇਸ ਦੀ ਭੂਮਿਕਾ ਹੈ ਜਾਂ ਇਹਦੀਆਂ ਲਿਖਤਾਂ ਹਨ ਜਾਂ ਇਸ ਦੀ ਪਾਬੰਦੀ ਦੀ ਗੱਲ ਚੱਲ ਰਹੀ ਹੈ, ਅਸਲ 'ਚ ਇਹ ਨੌਬਤ ਆਈ ਕਿਉਂ? ਮੇਰੇ ਮੁਤਾਬਕ ਜੀ, RSS ਕਾਫੀ ਨੈਸ਼ਨਲਿਸਟ ਹੈਗੀ ਹੈ ਔਰਗਨਾਈਜੇਸ਼ਨ, ਔਰ ਜਦੋਂ ਇਹਨਾਂ ਦਾ ਆਪਾਂ ਚਾਹੇ ਵੀਰ ਸਾਵਰਕਰ ਨੇ ਕੋਈ ਵੀ ਗੋਲ ਵਰਕਰ ਨੇ, ਇਹਨਾਂ ਦਾ ਜੋ ਪਿੱਛੋਂ ਆਪਾਂ ਰੈਕਡ ਦੇਖਦੇ ਹਾਂ ਨਾ, ਉਹ ਤਕਰੀਬਨ ਸਿੱਖ ਵਿਰੋਧੀ ਰਿਹਾ ਜਾਂ ਘੱਟ ਗਿਣਤੀ ਵਿਰੋਧੀ ਰਿਹਾ ਹੈ ਜੀ। ਸੋ ਉਹਦੇ ਕਰਕੇ ਆਪਾਂ ਨੂੰ ਇਹਨਾਂ ਦੇ ਬਿਆਨਾਂ 'ਚੋਂ ਹਮੇਸ਼ਾ ਹੀ ਕੁੜਤਨ ਦਿਖਦੀ ਆ। ਜਿਵੇਂ ਕਿ ਮੈਂ ਇੱਕ ਭਾਈ ਸਾਹਿਬ ਦੀ ਗੱਲ ਸੁਣ ਰਿਹਾ ਸੀ, ਉਹ ਕਹਿੰਦੇ ਇੱਕ ਇਹਨਾਂ ਦੀ ਨਾ ਲਾਹੌਰ 'ਚ ਕਨਵੈਨਸ਼ਨ ਹੋਈ ਸੀਗੀ ਮੇਰੇ ਖਿਆਲ 1931 ਵਿੱਚ, ਅਤੇ ਉੱਥੇ ਜਿਹੜੇ ਸਿੱਖ ਵੀ ਕਾਫੀ ਇਕੱਠੇ ਹੋਏ, ਅਤੇ ਇਹਨਾਂ ਨੇ ਉਹਨਾਂ ਦੇ ਕੇਸ ਮੁੰਨ ਕੇ ਉਹਨਾਂ ਦੇ ਰੱਸੇ ਬਣਾਏ ਸੀਗੇ ਫਿਰ ਦਿਖਾਉਣ ਲਈ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਐਗਜ਼ੈਂਪਲ ਨੇ ਜਿਹੜੀਆਂ RSS ਦੀਆਂ ਹੈਗੀਆਂ, ਰੀਸੈਂਟ ਵੀ ਨੇ ਅਤੇ ਪੁਰਾਣੀਆਂ ਵੀ ਨੇ। ਸੋ ਉਸ ਕਰਕੇ ਜਿਹੜਾ NDP ਜੋ ਇਹ ਕਾਰਜ ਕਰਨ ਜਾ ਰਹੀ ਹੈ, ਅਸੀਂ ਸ਼ਲਾਘਾ ਕਰਦੇ ਹਾਂ ਉਹਦੀ, ਅਤੇ ਅਸੀਂ ਆਸ ਕਰਦੇ ਹਾਂ ਵੀ ਉਹ ਪੂਰਾ ਉਤਰੂਗੇ ਆਪਣੇ ਜੋ ਕੋਸ਼ਿਸ਼ ਕਰ ਰਹੇ ਨੇ ਉਹ। ਬਿਲਕੁਲ ਜੀ, ਜੇ ਅਸੀਂ ਪੁਰਾਤਨ ਇਤਿਹਾਸ ਦੇ ਕੇ ਵੀ ਪ੍ਰਮਾਣਿਕ ਪੱਖ ਜਿਹੜੇ ਆ ਉਹ ਲੋਕ ਮਿੱਥ ਦਾ ਹਿੱਸਾ ਬਣ ਜਾਂਦੇ ਨੇ, ਹੋ ਸਕਦਾ ਕਿ ਉਹਦੇ ਵਿੱਚੋਂ ਕਈ ਗੱਲਾਂ ਜਿਹੜੀਆਂ ਹਨ ਲੋਕ ਮਨਾਂ ਦੇ ਵਿੱਚ ਹੀ ਆ ਜਾਣ। ਜਿਸ ਤਰ੍ਹਾਂ ਆਰੀਆ ਸਮਾਜ ਦੀ ਭੂਮਿਕਾ ਜਦੋਂ ਰਹੀ, ਉਹ ਵੀ ਇੱਕ ਐਸੀ ਹੀ ਭੂਮਿਕਾ ਸੀ, ਸ਼ੁੱਧੀਕਰਨ ਦਾ ਇੱਕ ਦੌਰ ਉਹਨਾਂ ਨੇ ਚਲਾਇਆ ਸੀ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਤੁਸੀਂ ਵਾਪਸ ਹਿੰਦੂਤਵਾ ਦੇ ਮਤ ਦੇ ਵਿੱਚ ਆਓ, ਅਤੇ ਉਹਨਾਂ ਨੂੰ ਸ਼ੁੱਧ ਕਰਕੇ ਲਿਆਉਂਦੇ ਸੀ। ਸ਼ੁੱਧੀਕਰਨ ਮੱਲੋ ਜੋਰੀ ਸਿੱਖਾਂ ਨੂੰ ਵੀ ਉਹਦੇ 'ਚ ਲਿਆਂਦਾ ਸੀ, ਪਰ ਗਿਆਨੀ ਦਿੱਤ ਸਿੰਘ ਜੀ, ਪ੍ਰੋਫੈਸਰ ਗੁਰਮੁਖ ਸਿੰਘ ਜੀ, ਭਾਈ ਖਾਨ ਸਿੰਘ ਜੀ, ਨਾਭਾ ਵਰਗਿਆਂ ਨੇ ਬੜੀ ਜ਼ੁਰਤ ਦਿਖਾਈ ਅਤੇ ਉਹਨਾਂ ਦਾ ਜਿਹੜਾ ਉਹ ਭ੍ਰਾਂਤੀ ਸੀ ਤੋੜੀ, ਅਤੇ ਭਾਈ ਦਿੱਤ ਸਿੰਘ ਜੀ ਨੇ ਤਾਂ ਦਿਆਨੰਦ ਸਰਸਵਤੀ ਨਾਂ ਦੇ ਉਸ ਆਗੂ ਦੇ ਨਾਲ ਸੰਵਾਦ ਵੀ ਕੀਤਾ, 3 ਵਾਰ ਉਸ ਨੂੰ ਹਰਾਇਆ। ਗਿਆਨੀ ਦਿੱਤ ਸਿੰਘ ਅਤੇ ਦਿਆਨੰਦ ਦੇ ਸੰਵਾਦ ਦੀ ਕਿਤਾਬ ਅੱਜ ਵੀ ਮਿਲਦੀ ਹੈ, ਜਿਸ ਦੇ ਵਿੱਚ ਉਹਨੂੰ ਨਿਰਉਤਰ ਕੀਤਾ ਅਤੇ ਆਖਿਰਕਾਰ ਉਸਨੂੰ ਭੱਜਣਾ ਪਿਆ, ਉਸ ਗੱਲ ਲਈ ਸ਼ਿਕਸਤ ਹੋਈ। ਸੋ ਅੱਜ ਵੀ ਇਹ ਚੇਤਨਾ ਪੱਧਰ 'ਤੇ ਲੋੜ ਹੈ। RSS ਦੇ ਬਾਰੇ ਹੋਰ ਬਹੁਤ ਸਾਰੀਆਂ ਗੱਲਾਂ ਨੇ, ਹੁਣ ਕੇਵਲ ਪ੍ਰਚਾਰਕ ਪੱਧਰ 'ਤੇ ਨਹੀਂ, RSS ਦੇ ਕੋਲ ਤਾਂ ਤਾਕਤ ਹੈ, ਦੇਸ਼ ਦੀ ਸੱਤਾ ਜਿਹੜੀ ਹੈ ਇਸ ਵੇਲੇ, ਚਾਹੇ RSS ਹੈ ਚਾਹੇ ਵਿਸ਼ਵ ਹਿੰਦੂ ਪਰਿਸ਼ਦ ਹੈ ਜਾਂ ਕੁਝ ਵੀ ਹੈ, ਇਹ ਹੈ ਕਿ ਰਾਜਨੀਤਿਕ ਤੌਰ 'ਤੇ ਉਹ ਚਲਾ ਰਹੇ ਨੇ। ਇਹਨਾਂ ਦਾ ਸੰਸਥਾਵਾਂ ਦਾ ਜਿਹੜਾ ਆਗੂ ਹੈ ਭਾਰਤ ਦੇ ਵਿੱਚ ਮੋਹਨ ਭਾਗਵਤ, ਉਹਦਾ ਬਿਆਨ ਪੜ੍ਹੋ, ਉਹਨਾਂ ਨੇ ਇਹ ਕਿਹਾ ਕਿ ਸਾਰਿਆਂ ਦਾ DNA ਹਿੰਦੂ ਹੈ, ਭਾਰਤ ਦੇ ਵਿੱਚ ਜਿਹੜੇ ਵੀ ਨੇ ਉਹ ਹਿੰਦੂ ਨੇ, ਇਹ ਮਸਲਾ ਨਹੀਂ ਹੈ ਕਿ ਉਹ ਸਿੱਖ ਬਣ ਚੁੱਕੇ ਨੇ ਜਾਂ ਉਹ ਮੁਸਲਮਾਨ ਨੇ ਜਾਂ ਕੋਈ ਵੀ ਹਿੰਦੂ ਹੈ। ਇਹ ਜਿਹੜੀ ਜਿਸ ਕਿਸਮ ਦੀ ਉਸ ਦੀ ਬਿਆਨਬਾਜ਼ੀ ਹੈ, ਉਸ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੈ ਕੇ ਸਾਰਿਆਂ ਦੀ ਸਪੋਰਟ ਹਾਸਲ ਹੈ, ਬਲਕਿ ਸਰਕਾਰ ਚਲਾ ਹੋ ਰਹੀ ਹੈ, ਦੇਸ਼ ਦੇ ਵਿੱਚ ਸੱਜੇ ਪੱਖੀ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੋਇਆ, ਜਿਹੜੇ ਅਗਾਂਹ ਵਧੂ ਨੇ, ਚਾਹੇ ਉਹਨਾਂ ਦੇ ਵਿੱਚੋਂ ਅਸੀਂ ਅੱਜ ਗੱਲ ਕਰੀਏ ਜਰਨਲਿਸਟ, ਜਿਨ੍ਹਾਂ ਨੂੰ ਅਸੀਂ ਇਸ ਵੇਲੇ ਇੱਕ ਸ਼ਹੀਦ ਜਰਨਲਿਸਟ ਮੰਨਦੇ ਹਾਂ, ਗੌਰੀ ਲੰਕੇਸ਼ ਦੇ ਕਤਲ ਪਿੱਛੇ ਕਿਹਨਾਂ ਦਾ ਹੱਥ ਹੈ? ਇਹ ਸੱਜੇ ਪੱਖੀ ਹਿੰਦੂਤਵੀ ਤਾਕਤਾਂ ਦਾ। ਉਸ ਤੋਂ ਬਾਅਦ ਸਟੈਨ ਸਵਾਮੀ ਦੀ ਗੱਲ ਕਰੀਏ, ਜੇਲ੍ਹ ਦੇ ਵਿੱਚ ਜਿਸਦਾ ਸਾਜ਼ਿਸ਼ੀ ਢੰਗ ਨਾਲ ਕਤਲ ਹੋਇਆ, ਅਸੀਂ ਗੌਤਮ ਨਵਲਖਾ ਦੀ ਗੱਲ ਕਰੀਏ, ਅਨੰਤ ਤੇਲ ਤੁੰਬੜੇ ਦੀ ਗੱਲ ਕਰੀਏ, ਪ੍ਰੋਫੈਸਰ GN ਸਾਈਂ ਬਾਬਾ ਦੀ ਗੱਲ ਕਰੀਏ, ਤੀਸਤਾ ਸੀਤਲਵਾੜ ਦੀ ਗੱਲ ਕਰੀਏ, ਰਾਣਾ ਅਯੂਬ ਦੀ ਗੱਲ ਕਰੀਏ, ਇਹਨਾਂ ਨੂੰ ਧਮਕੀਆਂ ਕਿੰਨਾ ਤੋਂ ਆਉਂਦੀਆਂ? ਇੱਕ ਪਾਸੇ ਸਰਕਾਰ ਦੇ ਕੇਸ, ਇੱਕ ਪਾਸੇ ਇਹ ਜਿਹੜੀਆਂ ਸੱਜੇ ਪੱਖੀ ਜਥੇਬੰਦੀਆਂ, ਇਹਨਾਂ ਦਾ ਧੱਕਾ। ਸੋ ਕੈਨੇਡਾ ਦੇ ਵਿੱਚੋਂ ਇਹ ਆਵਾਜ਼ ਉੱਠੀ ਹੈ, ਸ਼ਲਾਘਾ ਕਰਨੀ ਬਣਦੀ ਹੈ। ਬੇਸ਼ੱਕ ਸਿੱਖ ਤਾਂ ਆਪਣੀ ਗੱਲ ਲਗਾਤਾਰ ਕਹਿੰਦੇ ਆ ਰਹੇ ਨੇ, ਲਗਾਤਾਰ ਦੇਸ਼ ਦੀ ਵੰਡ ਵੇਲੇ ਵੀ, ਕਿ RSS ਦੇ ਆਗੂ ਜਿਹੜੇ ਸਨ, ਜੋ ਉਹਨਾਂ ਦੀ ਭੂਮਿਕਾ ਰਹੀ ਹੈ ਸਿੱਖਾਂ ਨੂੰ ਵਰਗਲਾਉਣਾ, ਗੁੰਮਰਾਹ ਕਰਨਾ ਜਾਂ ਉਹਨਾਂ ਨੂੰ ਦੁਰਵਰਤੋਂ ਕਰਕੇ ਜੋ ਨੁਕਸਾਨ ਦੇਣਾ, ਜਾਂ ਉਸ ਤੋਂ ਬਾਅਦ ਵੀ ਜਦੋਂ ਦੇਸ਼ ਦੇ ਵਿੱਚ ਸਭ ਤੋਂ ਵੱਡੀ ਨਸਲਕੁਸ਼ੀ ਜਿਹੜੀ ਹੈ 1984 ਦੀ ਸਿੱਖ ਨਸਲਕੁਸ਼ੀ ਹੋਈ, ਉਸ ਵੇਲੇ ਨਾਨਾ ਜੀ ਦੇਸ਼ਮੁੱਖ ਜਿਹੜੇ ਹੈ ਉਹ ਇਹਨਾਂ ਦੇ ਹੀ ਆਗੂ ਸਨ। ਨਾਨਾ ਜੀ ਦੇਸ਼ਮੁੱਖ ਨੇ ਕੀ ਕਿਹਾ ਸੀ? ਈਵਨ ਉਹ ਕਾਂਗਰਸੀ ਨਹੀਂ ਸਨ, BJP, RSS, ਵਿਸ਼ਵ ਹਿੰਦੂ ਪਰਿਸ਼ਦ, ਇਹ ਸਾਰੀਆਂ ਜਥੇਬੰਦੀਆਂ, ਇਹਨਾਂ ਦਾ ਜਿਹੜਾ ਮਿਲਗੋਬਾ, ਉਹਨਾਂ ਦੀ ਅਗਵਾਈ ਕਰਨ ਵਾਲੇ ਨਾਨਾ ਜੀ ਦੇਸ਼ਮੁੱਖ ਨੇ ਕੀ ਕਿਹਾ
कि ये जो 1984 का दुखांत होया इस दे लई दोषी सिख ही ने, जिम्मेवार सिख ही ने। इन्होंने अजिहा क्यों किया, क्यों वड्डी जिहड़ी भाईचारे दे नाल दुश्मनी कमाई, क्यों इन्होंने अपनी आवाज़ उठाई? नाना जी देशमुख का वो लिखिया लेख कि सिखां दा ही कतलेआम होया, सिख ही दोषी ने, उस तो भिन्न नहीं है जिहड़ा कांग्रेस ने जो कुछ किया सी, जिहड़ा राजीव गांधी ने वड्डे दरख्त डिगण दे नाल धरती कंबण की गल की सी। पर अफसोस है कि राजीव गांधी नूं कांग्रेस ने भारत रत्न का पुरस्कार दिता, नाना जी देशमुख नूं बीजेपी ने, जिस दे विच साडे दस्तारा मन के बीजेपी दे विच जिहड़े बैठे हुए ने बयानबाजी करते ने, बाहर कैनेडा जदों आवाज़ उठा रहा है इन्हां पाबंदियां की गल कर रहा है, उस वेले कैनेडा की नुक्ताचीनी करते हैं, सिखां की गल सिख संस्थावां दे वल्लों कैनेडा च हो रही है, WSO की गल हो रही है, जां इस दे नाल नाल NDP दे जगमीत सिंह की गल हो रही है, तो ये सारे जिहड़े राष्ट्रवादी अखौती RSS पक्षी सिख ने, जिन्हां चाहे सरसे तो लैके GK तो लैके जां मौजूदा समय कालके तो लैके जिहड़े भी ने, उन्हां दा झुकाओ किधर नूं है, ये अज की तारीख दे विच कंध ते लिखिया सच है। तो पंजाब दे विच भी अकाली BJP दे नाल भाईवाल लगातार रहे ने, हुण जदों कुछ ना बनिया तां परे हो गए, पर अंदर खाते अजे भी जिहड़ी आ सांझ भ्याली चलती है। हुण जिहड़ी आवाज़ ये भारत की प्रमुख संस्था के संबंध में कैनेडा तो उठ रही है, तुहानू की लगता कि इहदा प्रतिक्रम जिहड़ा है भारत दे विच राष्ट्रवादी सिखां दे वल्लों किस तरह का जापदा, जां ओह जो कर रहे ने कैनेडा दे विच उस हिसाब दे नाल जो अज आवाज़ उठ रही है, समुची सिख कौम नूं की चाहीदा, जां घट गिणतियां नूं, ईवन सिख ही नहीं कल्ले, चाहे मुस्लिम ने जां दलित ने जां होर ने, RSS दी इस धक्केशाही दे खिलाफ़ की उहनां नूं इस दे लई सहयोग जां प्रोड़ता चाहीदी है? पहला तो यह जी भी कोई भी संस्था ना जिहड़ा ये साडा सोहणा मुल्क कैनेडा आ उसका माहौल खराब करने की कोशिश कर रही है, वो विरुद्ध आवाज़ उठनी चाहिए है जी, खासकर जिहड़े घट गिणती दे लोग ने, और ईवन जिहड़ी अपनी मेजोरिटी कम्यूनिटी भी हैगी ना कैनेडा विच, वो इस गल्लों बड़ी सुहिरद है, वो अपने घट गिणतियां बारे बहुत ख्याल रखती है इत्थे जी। सो जिहड़े अपने सिख उत्थे बैठे हुए ने खाखी, जिन्होंने निकरां चिट्टियां कमीजां पाईआं होईआं ने, उहनां नूं जवाब देना पैणा किते जाके। और मैं हमेशा ही कहना हुंदा कि एक चीज़ लाजमी है और अपने चेत्या विसा के रखो भी पंथ का मेहना नहीं लईदा। सो जो तुसी पंथ के उल्ट खड़े हो जाने हो, जे आप सिख एंगल तो भी गल करिए, कितने ना कितने थोनू पे करना पैना जाके। सो इनू मैं इदा देखता हूँ ना। पर एक जिहड़ी तुसी ना घर वापसी वाली गल की थी, देखो महाराजा रणजीत सिंह का राज आया, सिख राज आया जिहड़ा पंजाब दे विच सीगा, उदों किसी ते भी धक्का नहीं किया गया, बिल्कुल कोई कोशिश नहीं की गई कि किसी नू कुछ बनाया जाए। पर जो मुगल राज आया, जो अंग्रेज राज आया, जिहड़ा हुण वाला राज चल रहा, इहदे विच बड़े धक्के हो रहे ने, और साडी चंगियाई करके साडी गिणती थोड़ी रह गई, क्योंकि कई दफ़ा ये सवाल उठता भी सिख किवें थोड़े रह गए, सिख अपनी चंगियाई करके थोड़े रह गए, और शायद उसी चंगियाई करके उन्हां नूं वक्ती तौर पर पे करना पै रहा। बिल्कुल जी, ये गल सच है जी। अज भी जदों शेरे पंजाब महाराजा रणजीत सिंह दे राजकाल की गल करिए, जंगनामा सिंघां ते फरंगियां बारे जो इस किताब दे विच मशहूर शायर शाह मुहम्मद, जो मुस्लिम शायर सन, उन्होंने जो लिखिया, राजी बहुत हिंदू मुसलमान रहिंदे, सिर दोहां दे उत्ते आफात आई, शाह मुहम्मदा विच पंजाब दे जी कदे नहीं सी तीसरी जात आई। इत्थे तीसरी जात अंग्रेज़ां तो मतलब है उन्हां तो, पर राजी बहुत हिंदू मुसलमान रहिंदे, ये गल ये शाह मुहम्मद लिख रहा है। सो वड्डी गिणती मुसलमानां दी सी, हिंदुआं दी सी, सिख घट गिणती च सन, पर जिस तरीके नाल उन्हां नूं राजपाट सौंपिया गया, जां ईवन लाहौर तो भी आके खुद जिहड़े अहलकारां ने महाराजा रणजीत सिंह नूं कहा कि खालसा सरकार चाहीदी है, जो अपने लिए शब्द कदे भी महाराजा जां रणजीत सिंह जां शेरे पंजाब आदि ये नहीं सन वरतदे, उन्हां नूं संबोधन किया जाता सी सरकारे खालसा, गवर्नमेंट ऑफ खालसा। वो कहिंदे सी गवर्नमेंट ऑफ खालसा चाहीदी है सानू, क्यों? क्योंकि करैक्टर दी सरकार सी, जिथे ना किसी नूं फांसी, ना किसी नाल धक्का, ना गुरबत दा शिकार लोग जिहड़े आ, एक पासे जरदार एक पासे ओह जिहड़े लोग है वह अपनी जिंदगी तो आतुर होए होण, ना कोई भी किसी पद्धर दा किसी दे उपर उस नूं गिरफ्तार करके जेलां च सुट के तशद्दद करना, ईवन दुश्मन नूं भी जे फड़ लिया तो फड़न तो बाद उसका कतल ना करना। जिहड़े इतिहासकार सड़कनामे वर्गे
ਢਾਹਾਂ ਪੁਰਸਕਾਰ ਜਿੱਤਣ ਵਾਲੇ 25-25 ਹਜ਼ਾਰ ਦੇ ਜਾਂ ਉਹਨਾਂ ਦੇ ਗੁਣ ਗਾਉਣ ਵਾਲੇ ਜਿਹੜੇ ਨੇ ਉਹ ਅਸਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਇਹ ਜਿਹੜੀ ਸੂਰਜ ਦੀ ਅੱਖ ਰਾਹੀਂ ਬਦਨਾਮੀ ਨਹੀਂ ਕਰਦੇ, ਉਹ ਬਦਨਾਮੀ ਸਰਕਾਰੀ ਖਾਲਸਾ ਦੀ ਕਰਦੇ ਨੇ, ਗੌਰਮੈਂਟ ਆਫ ਖਾਲਸਾ, ਕਿਉਂਕਿ ਉਹਨਾਂ ਨੂੰ ਇਹ ਹਜ਼ਮ ਨਹੀਂ ਹੁੰਦਾ ਕਿ ਇਹੋ ਜਿਹਾ ਰਾਜਪਾਠ ਸੀ ਜਿੱਥੇ ਘੱਟ ਗਿਣਤੀ 'ਚ ਸਿੱਖ ਸਨ, ਬਹੁ ਗਿਣਤੀ 'ਚ ਦੂਸਰੇ ਸਨ, ਪਰ ਸਿੱਖ ਰਾਜ ਕਿਹੋ ਜਿਹਾ ਕਰ ਰਹੇ ਸਨ। ਅਤੇ ਕਿੰਨੀ ਖੂਬਸੂਰਤ ਗੱਲ ਹੈ ਕਿ ਸਿੱਖਾਂ ਦੇ ਰਾਜ ਦੇ ਵਿੱਚ ਉਹਨਾਂ ਨੇ ਧਰਮ ਪਰਿਵਰਤਨ ਦਾ ਐਸਾ ਕਿਸੇ ਵੀ ਤਰ੍ਹਾਂ ਦਾ ਜ਼ਬਰ ਕੀਤਾ ਹੀ ਨਹੀਂ, ਕਰਨ ਦੀ ਲੋੜ ਹੀ ਨਹੀਂ। ਸਿੱਖ ਤਾਂ ਨਿਵੇਕਲੇ ਕਿਸਮ ਦੇ ਨੇ, ਮੁਸਲਮਾਨ ਮੁਸਲਮਾਨ, ਹਿੰਦੂ ਹਿੰਦੂ ਰਹੇ, ਹਾਂ ਜਿਨ੍ਹਾਂ ਨੇ ਆਪਣੀ ਸੋਚ ਦੇ ਮੁਤਾਬਕ ਕੀਤਾ ਵੱਖਰੀ ਗੱਲ ਹੈ, ਪਰ ਅੱਜ ਸ਼ੁੱਧੀਕਰਨ, ਘਰ ਵਾਪਸੀ ਜਾਂ ਇਹ ਸਾਰਾ ਕੁਝ, ਜਾਂ ਅੰਗਰੇਜ਼ਾਂ ਦੇ ਸਮੇਂ ਜੋ ਜਿਸ ਤਰ੍ਹਾਂ ਮਿਸ਼ਨਰੀਆਂ ਨੇ ਕੀਤਾ, ਜਾਂ ਈਵਨ ਮੁਗਲਾਂ ਦੇ ਸਮੇਂ ਜੋ ਧੱਕਾ ਹੋਇਆ, ਜਿਸ ਤਰੀਕੇ ਨਾਲ ਔਰੰਗਜ਼ੇਬ ਦੇ ਕਾਲ ਦੇ ਵਿੱਚ ਜੋ ਇਹ ਪੀੜਤ ਪੰਡਿਤ ਜਿਹੜੇ ਆ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ, ਜਿਨ੍ਹਾਂ ਦੀ ਬਾਂਹ ਗੁਰੂ ਸਾਹਿਬ ਨੇ ਫੜੀ, ਕੀ ਹੋ ਰਿਹਾ ਸੀ? ਪਰ ਉਸ ਵੇਲੇ ਵੀ ਪੀੜਤਾਂ ਦੀ ਬਾਂਹ ਫੜੀ ਹੈ, ਕੋਈ ਇਉਂ ਨਹੀਂ ਕਿ ਹਿੰਦ ਨੂੰ ਹੀ, ਹਿੰਦੂ ਧਰਮ ਨੂੰ ਹੀ ਬਚਾਉਣ ਦੀ ਗੱਲ ਸੀ। ਜੇ ਉਸ ਵੇਲੇ ਕੋਈ ਹੋਰ ਵੀ ਪੀੜਤ ਹੁੰਦਾ, ਗੁਰੂ ਸਾਹਿਬ ਉਸ ਲਈ ਵੀ ਆਵਾਜ਼ ਉਠਾਉਂਦੇ। ਪਰ ਜਿਹੜੇ ਇਤਿਹਾਸਕਾਰ ਇਤਿਹਾਸ ਨੂੰ ਵਿਗਾੜ ਰਹੇ ਨੇ, ਇਸ ਗੱਲ ਤੋਂ ਉਹਨਾਂ ਨੂੰ ਸਬਕ ਸਿੱਖਣਾ ਚਾਹੀਦਾ। ਦੂਸਰੇ ਪਾਸੇ RSS ਦਾ ਏਜੰਡਾ ਕੀ ਹੈ? ਭਾਰਤ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਨਾ। ਅੱਜ ਇਸ ਪ੍ਰੋਗਰਾਮ ਰਾਹੀਂ ਅਸੀਂ ਐਲਾਨੀਆਂ ਤੌਰ 'ਤੇ ਕਹਿ ਰਹੇ ਹਾਂ ਕਿ 2024 ਦੀ ਜਿਹੜੀ ਇਲੈਕਸ਼ਨ ਲੜੀ ਜਾਏਗੀ ਉਹ RSS ਦੇ ਇਸੇ ਏਜੰਡੇ ਦੇ ਉੱਪਰ ਹੀ ਕੇਂਦਰਿਤ ਹੈ ਕਿ ਭਾਰਤ ਹਿੰਦੂ ਰਾਸ਼ਟਰ ਹੈ। ਕਈਆਂ ਨੂੰ ਇਉਂ ਲੱਗਦਾ ਕਿ ਹੋ ਸਕਦਾ, ਇਹ ਉਹਨਾਂ ਦਾ ਭੁਲੇਖਾ, ਅਸਿੱਧੇ ਤੌਰ 'ਤੇ ਹੋ ਚੁੱਕਿਆ ਹੈ ਜੋ ਕੁਝ ਉੱਥੇ ਵਾਪਰ ਰਿਹਾ, ਇਹ ਏਜੰਡਾ ਉਹਨਾਂ ਦਾ ਹੈ। ਅਤੇ ਜਿਹੜੇ ਇਸ ਏਜੰਡੇ ਦੇ ਵਿੱਚ ਭਾਈਵਾਲ ਹੋ ਰਹੇ ਨੇ ਉਹ ਕੀ ਬਿਆਨ ਦਿੰਦੇ ਨੇ? ਘੱਟ ਗਿਣਤੀਆਂ ਜਿਹੜੀਆਂ, ਉਹਨਾਂ ਦਾ DNA ਵੀ ਹਿੰਦੂਤਵ ਹੈ, ਉਹਨਾਂ ਦੀ ਪਛਾਣ ਵੀ ਹਿੰਦੂ ਹੈ, ਬੇਸ਼ੱਕ ਉਹ ਸਿੱਖ ਹੋਣ, ਜੈਨੀ ਹੋਣ, ਬੋਧੀ ਹੋਣ, ਫਿਰ ਇਸ ਤੋਂ ਵੀ ਅੱਗੇ ਭਾਸ਼ਾਵਾਂ ਦੀ ਨਸਲਕੁਸ਼ੀ ਕਰ ਰਹੇ ਨੇ। ਕੀ ਕਹਿ ਰਹੇ ਨੇ? ਕਿ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਦੀ ਭਾਸ਼ਾਵਾਂ ਦੀ ਬੁਕਤ ਕੋਈ ਨਹੀਂ, ਇੱਕ ਰਾਸ਼ਟਰ ਅਤੇ ਇੱਕ ਭਾਸ਼ਾ, ਇਹ ਉਹਨਾਂ ਦਾ ਐਲਾਨ ਹੈ ਪਿੱਛੇ ਜੇ, ਇੱਕ ਰਾਸ਼ਟਰ ਇੱਕ ਇਲੈਕਸ਼ਨ, ਇਹ ਇੱਕ ਸਲੋਗਨ ਬਣ ਚੁੱਕਿਆ ਜਿਸ ਨੂੰ ਬੜਾ ਗਲੋਰੀਫਾਈ ਕੀਤਾ ਜਾ ਰਿਹਾ। ਅਤੇ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਭਾਰਤ ਦੇ ਗ੍ਰਹਿ ਮੰਤਰੀ ਸ਼ਾਹ ਨੇ, ਪ੍ਰਧਾਨ ਮੰਤਰੀ ਮੋਦੀ ਨੇ ਅਤੇ ਬਾਕੀ ਸਾਰਿਆਂ ਨੇ RSS ਦੇ ਗਲਬੇ 'ਚ ਜੋ ਇਹ ਸਲੋਗਨ ਦਿੱਤਾ ਉਹ ਮੋਹਨ ਭਾਗਵਤ ਦੀ ਸੋਚ ਸੀ। ਪਰ ਦੁੱਖ ਇਸ ਗੱਲ ਦਾ ਕਿ ਪੰਜਾਬੀ ਮਾਂ ਬੋਲੀ ਦੇ ਪੱਖੋਂ ਸਾਰੀ ਜ਼ਿੰਦਗੀ ਖਾਂਦੇ ਰਹੇ, ਪੰਜਾਬੀ ਦੇ ਪੱਲਿਓਂ ਹੀ ਸਾਰੀ ਜ਼ਿੰਦਗੀ ਐਸ਼ ਕਰਦੇ ਰਹੇ, ਲੱਖਾਂ ਡਾਲਰ ਕਮਾਉਣ ਵਾਲੇ ਗਾਇਕ ਵੀ ਜਦੋਂ ਇਸ ਤਰ੍ਹਾਂ ਦਾ ਬਿਰਤਾਂਤ ਸਿਰਜਦੇ ਨੇ ਦੁੱਖ ਹੁੰਦਾ ਹੈ। ਇਸ ਗੱਲ ਦੇ ਲਈ ਉਹਨਾਂ ਲੇਖਕਾਂ 'ਤੇ ਵੀ ਦੁੱਖ ਹੈ ਜਿਹੜੇ ਇਸ ਗੱਲ ਨੂੰ ਸਪੋਰਟ ਕਰਦੇ ਨੇ, ਲੇਖਕ ਲੇਖਕਾਵਾਂ ਜਿਨ੍ਹਾਂ ਦੀ ਸੋਚ 'ਤੇ ਪਰਦਾ ਪੈ ਚੁੱਕਿਆ, ਉਹ ਇੱਕ ਰਾਸ਼ਟਰ ਇੱਕ ਭਾਸ਼ਾ ਦੀ ਗੱਲ ਕਰਦੇ ਨੇ, ਜਦਕਿ ਪੰਜਾਬੀ 16 ਕਰੋੜ ਦੇ ਕਰੀਬ, ਲਹਿੰਦੇ ਚੜ੍ਹਦੇ ਪੰਜਾਬ ਦੇ ਨਹੀਂ ਦੁਨੀਆ ਭਰ ਦੇ ਵਿੱਚ 10ਵੀਂ ਯੂਨੈਸਕੋ ਅਨੁਸਾਰ ਬੋਲੀ ਜਾਣ ਵਾਲੀ ਭਾਸ਼ਾ, ਉਸ ਦੇ ਭਾਸ਼ਾ ਬੋਲਣ ਵਾਲੇ ਜਿਹੜੇ ਆ ਉਹ ਵੀ ਕਹਿਣ ਕਿ ਇੱਕ ਰਾਸ਼ਟਰ ਇੱਕ ਭਾਸ਼ਾ ਤਾਂ ਹੋਣੀ ਚਾਹੀਦੀ ਹੀ ਹੈ। ਦੱਖਣੀ ਭਾਰਤ ਦੇ ਵਿੱਚ ਇਹ ਕੁਝ ਹੁੰਦਾ, ਪੰਜਾਬੀ ਬੋਲਣ ਵਾਲੇ ਖੂਹ ਦੇ ਡੱਡੂ ਨੇ, ਇਹ ਕੌਣ ਕੋਈ ਹੋਰ ਨਹੀਂ, ਇਹ ਗੁਰਦਾਸ ਮਾਨ ਹੋਰਾਂ ਨੇ ਕਿਹਾ ਅਤੇ ਕੈਨੇਡਾ ਦੀ ਧਰਤੀ 'ਤੇ ਇਸੇ ਸ਼ਹਿਰ ਸਰੀ ਦੇ ਵਿੱਚ ਕਿਹਾ, ਜਿਸ ਦੇ ਕਾਰਨ ਉਹਨਾਂ ਦਾ ਵਿਰੋਧ ਹੋਇਆ ਸੀ। ਵਿਰੋਧ 1919 ਦੇ ਵਿੱਚ ਵੀ ਹੋਇਆ ਅਤੇ ਹੁਣ 23 ਦੇ ਵਿੱਚ ਫਿਰ ਵਿਰੋਧ ਜਿਹੜਾ ਸੀ ਪੂਰਾ ਸਿਖਰ 'ਤੇ ਸੀ। ਆਖਿਰਕਾਰ ਹੁਣ ਉਹਨਾਂ ਦਾ ਸ਼ੋਅ ਜਿਹੜਾ ਮੁਲਤਵੀ ਕੀਤਾ ਗਿਆ, ਬਹਾਨਾ ਫਿਰ ਜਿਹੜਾ ਮੌਜੂਦਾ ਨੈਰੇਟਿਵ ਹੈ ਜੋ ਮੌਜੂਦਾ ਇੰਡੀਅਨ ਸਰਕਾਰ ਦੀਆਂ ਸੱਜੇ ਪੱਖੀ ਸੰਸਥਾਵਾਂ ਅਤੇ ਮੀਡੀਆ ਨੇ ਬਣਾਇਆ। ਕੈਨੇਡਾ 'ਚ ਤਲਖੀ ਬਹੁਤ ਹੈ ਜੀ, ਕੈਨੇਡਾ ਤੰਗ ਬਹੁਤ ਕਰਦਾ, ਕੈਨੇਡਾ ਨੇ ਪੁੱਛਿਆ ਕਿਉਂ ਹੈ ਭਾਰਤ ਤੋਂ ਕਿ ਉਹਨਾਂ ਦਾ ਨਾਗਰਿਕ ਕਤਲ ਹੋਇਆ, ਕੈਨੇਡਾ ਦੋਸ਼ ਲਾ ਰਿਹਾ ਕੈਨੇਡਾ ਦੇ ਲੋਕਾਂ ਨੂੰ, ਕਿਸੇ ਵੀ ਦੇਸ਼ 'ਚ ਬੈਠੇ ਨੇ, ਭਾਰਤ ਦੀ ਅੰਬੈਸੀ ਜਿਹੜੀ ਆ ਵੀਜ਼ੇ ਦੇਣੇ ਬੰਦ ਕਰ ਦਿੱਤੇ, ਕੈਨੇਡਾ ਆਪਣੇ ਡਿਪਲੋਮੇਟ ਕੱਢ ਕੇ ਲੈ ਜਾਏ। ਅਤੇ ਇਸੇ ਤਰ੍ਹਾਂ ਹੁਣ ਇਹ ਵੀ ਕਹਿ ਦਿੱਤਾ ਕਿ ਕਿਉਂਕਿ ਜੀ ਇਹ ਦੁਖਾਂਤ ਹੈ, ਕੈਨੇਡਾ ਨੇ ਭਾਰਤ ਦੀ ਆਲੋਚਨਾ ਕੀਤੀ ਹੈ, ਇਸ ਪੱਖ ਦੇ ਮੁੱਦੇ ਦੇ ਉੱਪਰ ਹੁਣ ਗੁਰਦਾਸ ਮਾਨ ਸ਼ੋਅ ਨਹੀਂ ਕਰਨਗੇ। ਪਰ ਸਵਾਲ ਇਹ ਹੈ ਕਿ ਇਹ ਭਾਂਡਾ ਕੈਨੇਡਾ ਦੇ ਸਿਰ 'ਤੇ ਭੰਨਿਆ ਜਾ ਰਿਹਾ, ਗੱਲ ਕੋਈ ਹੋਰ ਹੈ? ਕੈਨੇਡਾ ਨੇ ਇਹ ਐਸਾ ਨਹੀਂ ਕੀਤਾ, ਕੈਨੇਡਾ ਨੇ ਵੀਜ਼ੇ ਦਿੱਤੇ, ਕੈਨੇਡਾ ਨੇ ਮੌਕਾ ਦਿੱਤਾ, ਸਾਰਾ ਕੁਛ ਕੀਤਾ। ਗੱਲ ਇਹ ਸੀ ਕਿ ਜਿਹੜੇ ਜਾਗਰੂਕ ਪੰਜਾਬੀ ਨੇ ਉਹਨਾਂ ਦਾ ਤਿੱਖਾ ਵਿਰੋਧ ਸੀ, ਗੱਲ ਇਹ ਸੀ ਕਿ ਜਿਹੜੇ ਲੋਕ ਇਸ ਗੱਲ ਲਈ ਆਵਾਜ਼ ਉਠਾ ਰਹੇ ਨੇ ਉਹਨਾਂ ਨੇ ਟਿਕਟਾਂ ਤੱਕ ਨਹੀਂ ਲਈਆਂ ਜਾਂ ਵਿਕਣ ਨਹੀਂ ਦਿੱਤੀਆਂ ਜਾਂ ਫਿਰ ਸਪੋਂਸਰ ਪਿੱਛੇ ਹਟ ਗਏ। ਗੱਲ ਇਹ ਹੈ ਕਿ ਲੋਕ ਇਹ ਜਾਣ ਚੁੱਕੇ ਨੇ ਕਿ ਜਿਹੜਾ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਨਾਅਰਾ ਦਿੰਦਾ, ਵਿਰੋਧ ਕਰਨ ਵਾਲਿਆਂ ਨੂੰ 32 ਵਰਗੀਆਂ ਜਿਹੜੀਆਂ ਗਾਲਾਂ ਕੱਢਦਾ, ਉਹਨਾਂ ਨੂੰ ਚੋਣਵੇਂ ਚੰਦ ਕੁ ਟੁੱਕੜ ਬੋਚ ਤਾਂ ਪ੍ਰਵਾਨ ਕਰ ਸਕਦੇ ਨੇ,
पर एट लार्ज कम्यूनिटी पंजाबी जी वह प्रवान नहीं कर सकती। मैं ये देख रहा कि यह शो कैंसल होया जड़ा उसनों कहा जा रहा पोस्टपोन किया इसनों मुलतवी करार दिता गया लोग कह रहे हैं इरादा है इस दे बारे जड़ा भरम जाल फड़ा के कनेडा के ना ते जो मड़िया जा रहा तो गुरदास मान दियां नवीं भी जड़ियां इस तरह दियां वृतांत वाली गल्लां आ रही ने जिवें RSS ते पाबंदी की गल चल रही है पर एक राष्ट्र एक भाषा वाला जड़ा वृतांत है ओवरऑल इसका जड़ा मौजूदा समय शो मुलतवी होने तो बाद किवें प्रतिक्रम देखते हो। मैं इन्हों इस तरह देखता जी उन्हों की मेरे ख्याल मजबूरी है भी उन्होंने टर्म यूज करनी पै रही है पोस्टपोन जी पर मैनू लग रहा भी कैंसल हो गया सो चलो जो उन्होंने पोस्टपोन टर्म यूज करनी है वह भी कोई गल नहीं जी पर जिहड़ा समय दौर चो आपां लंघ रहे हैं ना यूक्रेन की लड़ाई हो रही है इधर अपना इजराइल की हो रही है उधरों अपना इंडिया कैनेडा रिलेशन किदां दे बने हुए शो मेरे ख्याल होने चाहिए पर उन्नी तांग नहीं रही जान की पर इन्हां जिहड़े गुरदास मान भाई साहब ने इन्हां दे जिहड़े बयान ने ਉਹ ਇਕੱਲੇ ਪੰਜਾਬੀ ਖਿਲਾਫ ਨਹੀਂ ਹੈਗੇ ਉਹ ਸਿੱਖਾਂ ਦੇ ਖਿਲਾਫ ਵੀ ਨੇ ਹੈ ਨਾ ਸੋ ਉਹਦੇ ਕਰਕੇ ਤੁਸੀਂ ਦੇਖੋ ਵੀ ਜਿਹੜਾ ਆਪਣਾ ਸਾਰਾ ਸਮੂਹ ਪੰਜਾਬੀ ਭਾਈਚਾਰਾ ਸੀਗਾ ਚਾਹੇ ਉਹ ਮੁਸਲਮਾਨ ਸੀ ਚਾਹੇ ਸਿੱਖ ਸੀ ਚਾਹੇ ਹਿੰਦੂ ਸੀ ਉਹ ਸਾਰੇ ਨੇ ਉਹਦਾ ਵਿਰੋਧ ਕੀਤਾ ਆ ਕਿਸੇ ਨੇ ਖੁੱਲ੍ਹ ਕੇ ਕੀਤਾ ਕਿਸੇ ਨੇ ਲੁੱਕ ਕੇ ਕੀਤਾ ਪਰ ਦਿਲੋਂ ਜਿਹੜਾ ਵੀ ਗੁਰੂ ਨੂੰ ਮੰਨਦਾ ਆ ਗੁਰੂ ਦੀ ਰਿਸਪੈਕਟ ਕਰਦਾ ਆ ਉਹ ਉਹਨੇ ਹਰੇਕ ਨੂੰ ਦੁੱਖ ਲੱਗਾ ਸੋ ਅਸੀਂ ਮੈਂ ਪਰਸਨਲੀ ਇੱਦਾਂ ਸੋਚਦਾ ਸੀ ਵੀ ਉਹਨਾਂ ਨੂੰ ਆ ਕੇ ਹੁਣ ਤਾਂ ਖੈਰ ਸਮਾਂ ਲੰਘ ਚੁੱਕਾ ਪਰ ਜਦੋਂ ਉਹਨਾਂ ਤੋਂ ਗਲਤੀ ਹੋਈ ਸੀ ਕਿਸੇ ਤੋਂ ਵੀ ਹੋ ਸਕਦੀ ਗਲਤੀ ਉਹਨਾਂ ਨੂੰ ਅਨਕੰਡੀਸ਼ਨਲ ਜੀ ਮਾਫ਼ੀ ਮੰਗ ਲੈਣੀ ਚਾਹੀਦੀ ਸੀ ਵੀ ਭਾਈ ਮੇਰੇ ਤੋਂ ਗਲਤੀ ਨਾਲ ਲਫ਼ਜ਼ ਨਿਕਲ ਗਏ ਅਤੇ ਮੈਨੂੰ ਮਾਫ਼ ਕਰ ਦਿਓ ਪਰ ਜਦੋਂ ਮਾਫ਼ੀ ਜਿਹੜੀ ਹੈ ਨਾ ਉਹਦੇ ਵਿੱਚ ਵੱਟ ਆ ਜਾਵੇ ਪਿੱਛੇ ਜਾਂ ਮੇਰੇ ਤੋਂ ਇਹ ਗਲਤੀ ਕਿਉਂ ਹੋਈ ਜਦੋਂ ਆਪਾਂ ਦੱਸਣ ਲੱਗ ਪੈਂਦੇ ਫਿਰ ਮਾਫ਼ੀ ਨਹੀਂ ਗਿਣੀ ਜਾਂਦੀ ਉਹ ਮਾਫ਼ੀ ਹੋਣੀ ਚਾਹੀਦੀ ਵੀ ਆਮ ਸੋਰੀ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿਓ ਔਰ ਸਿੱਖ ਪੰਥ ਐਸਾ ਜੀ ਇਹ ਬਖਸ਼ਣਹਾਰ ਹੈ ਜਦੋਂ ਕੋਈ ਆਪਣੇ ਘਰ ਆ ਜਾਂਦਾ ਆ ਤੁਸੀਂ ਦੇਖੋ ਵੀ ਅਸੀਂ ਬਖਸ਼ ਦਿੰਦੇ ਜੇ ਸੱਚੇ ਦਿਲੋਂ ਮਾਫ਼ੀ ਮੰਗ ਲਵੇ ਪਰ ਗੁਰਦਾਸ ਮਾਨ ਹੋਣਾ ਦੇ ਕੇਸ 'ਚ ਉਹ ਹੁਣ ਸਮਾਂ ਲੰਘ ਚੁੱਕਿਆ ਉਹ ਸੋ ਉਹ ਇਸ ਤੋਂ ਬਾਅਦ ਕੀ ਕਰਦੇ ਨੇ ਇਹ ਤਾਂ ਉਹੀ ਜਾਣਨ ਪਰ ਮੇਰੀ ਬੇਨਤੀ ਇਹ ਹੈ ਵੀ ਗੁਰਦਾਸ ਮਾਨ ਹੋਣਾ ਨੂੰ ਵੀ ਤੁਸੀਂ ਇਸ ਮੁਲਕ ਦਾ ਬਹੁਤ ਸੋਹਣਾ ਮੁਲਕ ਹੈ ਉਹਦਾ ਮਾਹੌਲ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਅਤੇ ਜਿਹੜੇ ਪ੍ਰਮੋਟਰ ਨੇ ਉਹਨਾਂ ਨੂੰ ਵੀ ਇਹ ਬੇਨਤੀ ਆ ਬਈ ਜਿਹੜੇ ਹੋਰ ਇੰਨੇ ਕਲਾਕਾਰ ਨੇ ਤੁਸੀਂ ਉਹਨਾਂ ਨੂੰ ਸੱਦ ਲਓ ਜਿਹੜੇ ਸਾਰਿਆਂ ਨੂੰ ਪ੍ਰਵਾਨ ਹੋਣ ਅਤੇ ਮੇਰਾ ਖਿਆਲ ਹੈ ਵੀ ਸਾਰੇ ਲੋਕ ਉਹਨਾਂ ਦਾ ਸ਼ੋਅ ਦੇਖਣ ਜਾਊਗੇ ਸੋ ਇਸ ਤਰ੍ਹਾਂ ਮੈਂ ਇਸ ਸਾਰੇ ਵਾਕਿਆ ਨੂੰ ਦੇਖਦਾ ਜੀ। ਜਦੋਂ ਅਸੀਂ ਇਹ ਸਾਰੀ ਸੰਸਥਾਗਤ ਰੂਪ ਦੇ ਵਿੱਚ ਇਹ ਗੱਲ ਦੇਖਦੇ ਹਾਂ ਪੰਜਾਬੀ ਮਾਂ ਬੋਲੀ ਦੇ ਵਾਰਸ ਸੰਸਥਾ ਦੇ ਵੱਲੋਂ ਸ਼ਨਿਚਰਵਾਰ ਨੂੰ ਇੱਕ ਮੀਟਿੰਗ ਜਿਹੜੀ ਕੀਤੀ ਗਈ ਸੀ ਸਰੀ ਦੇ ਵਿੱਚ ਹੀ 120 ਅਤੇ 72 'ਤੇ ਉਸ ਮੀਟਿੰਗ ਦੇ ਵਿੱਚ ਜਿਹੜੇ ਵੱਖ ਵੱਖ ਸ਼ਖਸੀਅਤਾਂ ਜਿਨ੍ਹਾਂ 'ਚ ਮੀਡੀਆ ਵੀ ਜਾਂ ਪੰਜਾਬੀ ਮਾਂ ਬੋਲੀ ਦੇ ਸੇਵਾਦਾਰ ਜਿਹੜੇ ਪਹਿਲੇ ਦਿਨ ਤੋਂ ਹੀ ਲੱਗੇ ਹੋਏ ਨੇ ਉਹਨਾਂ 'ਚੋਂ ਚੰਦ ਸ਼ਖਸੀਅਤਾਂ ਵੀ ਹਾਜ਼ਰ ਸਨ ਉਸ ਵੇਲੇ ਵੀ ਇਹ ਗੱਲਬਾਤ ਚੱਲੀ ਅਤੇ ਵਿਚਾਰ ਚਰਚਾ ਜਿਹੜੀ ਚੱਲੀ ਉਸ ਦੇ ਵਿੱਚ ਦੋ ਤਿੰਨ ਨੁਕਤੇ ਬੜੇ ਗੌਰ ਕਰਨ ਵਾਲੇ ਸਨ। ਇੱਕ ਤਾਂ ਇਹ ਹੈ ਕਿ ਉਸ ਵੇਲੇ ਇਹ ਸੀ ਕਿ ਜੇ ਇਹ ਸ਼ੋਅ ਨਹੀਂ ਕੈਂਸਲ ਹੁੰਦਾ ਤਾਂ ਫਿਰ ਕੀ ਕੀਤਾ ਜਾਣਾ ਇਹ ਵੀ ਸਾਂਝੇ ਤੌਰ 'ਤੇ ਵਿਚਾਰ ਹੋਈ ਕਿ ਉਹ ਜਿਹੜੇ ਬੈਨਰ ਬਣਾਏ ਜਾਣ ਜਿਹੜੇ ਬੈਨਰ ਜਿਨ੍ਹਾਂ 'ਤੇ ਸ਼ਬਦ ਇਹ ਲਿਖਿਆ ਹੋਵੇ ਸੁਲਝੇ ਅਤੇ ਸ਼ਾਲੀਨਤਾ ਦੇ ਨਾਲ ਬੜੇ ਵਧੀਆ ਸ਼ਬਦਾਂ ਦੇ ਵਿੱਚ ਕਿ ਗੁਰਦਾਸ ਮਾਨ ਦਾ ਵਿਰੋਧ ਕਿਉਂ ਪੰਜਾਬੀ ਮਾਂ ਬੋਲੀ ਦੇ ਨਾਲ ਇਹ ਗਦਾਰੀ ਕਿਉਂ ਜ਼ਬਾਨ ਦੇ ਅਸੀਂ ਸਾਰੇ ਪ੍ਰੇਮੀ ਆ ਹਿੰਦੀ ਜਿਹੜੀ ਇੰਪੋਜ਼ ਕੀਤੀ ਜਾ ਰਹੀ ਹੈ ਇਸ ਦੇ ਖਿਲਾਫ ਮੂੰਹ 'ਤੇ ਈਵਨ ਪੱਟੀਆਂ ਬੰਨ੍ਹ ਕੇ ਉੱਤੇ ਕਾਲੇ ਕੱਪੜੇ ਦੇ ਉੱਪਰ ਲਿਖਿਆ ਹੋਵੇ ਕਿ ਜਿਹੜੀ ਹਿੰਦੀ ਦੀ ਜਿਹੜੀ ਇੰਪੋਜ਼ ਕਰਨ ਦੀ ਨੀਤੀ ਹੈ ਅਸੀਂ ਉਹਦੇ ਖਿਲਾਫ ਹਾਂ ਸੋ ਇਹ ਗੱਲਾਂ ਹੋਈਆਂ। ਦੂਸਰਾ ਇਹ ਸੀ ਕਿ ਜੇ ਨਹੀਂ ਹੁੰਦਾ ਤਾਂ ਫਿਰ ਕੀ ਹੈ ਅਜੇ ਇਹ ਮੇਰ ਰੱਬੀ ਮੇਰ ਅਤੇ ਲੋਕਾਂ ਦੀ ਜਾਗਰੂਕਤਾ ਇਹ ਸਾਰਾ ਮਾਹੌਲ ਜਾਂ ਮਜਬੂਰੀ ਕਹਿੰਦੇ ਆ ਬੇਵਫਾ ਤਾਂ ਇਹੀ ਜਿਹੀ ਮਾਹੌਲ ਦੇ ਵਿੱਚ ਕੁਛ ਤਾਂ ਮਜਬੂਰੀਆਂ ਰਹੀ ਹੋਊਗੀ ਯੂੰ ਹੀ ਕੋਈ ਬੇਵਫਾ ਨਹੀਂ ਹੁੰਦਾ ਸੋ ਅਸੀਂ ਉਹ ਵੀ ਦੇਖਦੇ ਹਾਂ ਜਿਹੜੇ ਪ੍ਰਮੋਟਰ ਨੇ ਹੈ ਤਾਂ ਉਹ ਵੀ ਸਾਡੇ ਭਾਈਚਾਰੇ 'ਚੋਂ ਹੀ ਨੇ ਅਸੀਂ ਚਾਹੁੰਦੇ ਹਾਂ ਕਿ ਘੁੱਗ ਵੱਸ ਦਾ ਭਾਈਚਾਰਾ ਇੱਕ ਦੂਜੇ ਦੇ ਨਾਲ ਹੋਵੇ ਪਰ ਉਹਨਾਂ ਨੇ ਲੋਕਾਂ ਦੀ ਗੱਲ ਨਹੀਂ ਮੰਨੀ ਜਿਵੇਂ ਲੋਕਾਂ ਨੇ ਬੇਨਤੀ ਕੀਤੀ ਸੀ ਜਾ ਕੇ ਕਿਹਾ ਸੀ ਆਖਿਰਕਾਰ ਇਹ ਮਜਬੂਰੀ ਜਿਹੜੀ ਬਣੀ ਕੀ ਕਾਰਨ ਹੋਇਆ ਉਹਨਾਂ ਨੂੰ ਜ਼ਿਆਦਾ ਪਤਾ ਪਰ ਦਿਸਦਾ ਇਹੀ ਹੈ ਕਿ ਸਪੋਂਸਰ ਦੇ ਵੱਲੋਂ ਵੀ ਇਨਕਾਰੀ ਹੋਣਾ ਉਤਸ਼ਾਹ ਦਾ ਘੱਟ ਹੋਣਾ ਟਿਕਟਾਂ ਦਾ ਘੱਟ ਵਿਕਣਾ ਜਾਂ ਓਵਰਆਲ ਕੈਨੇਡਾ ਦੇ ਵਿੱਚ ਖਰਚੇ ਜਿਹੜੇ ਆ ਇਸ ਵੇਲੇ ਸਿਕਿਉਰਿਟੀ ਵੀ ਪ੍ਰਬੰਧ ਜਿਹੜੇ ਉਹਦੇ ਵੀ ਵੱਡੇ ਬਜਟ ਨੇ ਅਤੇ ਇਹ ਸਾਰਾ ਕੁਝ ਕੀ ਇਹ ਚੱਕ ਲੈਂਦੇ ਨਹੀਂ ਸੋ ਪਿੱਛੇ ਹਟ ਗਏ। ਪਰ ਮਾਫ਼ੀ ਦੇ ਬਾਰੇ ਇੱਕ ਬੜੀ ਸੋਹਣੀ ਗੱਲ ਉਸ ਚਰਚਾ ਦੇ ਵਿੱਚ ਹੋਈ ਕਿ ਸ਼ਬਦਾਂ ਦੀ ਮਾਫ਼ੀ ਜਿਹੜੀ ਹੈ ਉਹ ਮਾਫ਼ੀ ਜਿਹੜੀ ਹੈ ਉਹ ਦਿਖਾਵਾ ਬਣ ਜਾਂਦੀ ਹੈ ਉਹ ਬਿਲਕੁਲ ਉਹੀ ਦਿਖਾਵਾ ਹੈ ਜਿਸ ਤਰੀਕੇ ਨਾਲ ਕਈਆਂ ਨੇ ਪਹਿਲਾਂ ਵੀ ਢੁਕਵੰਜ ਰਚਿਆ
भारत के प्रधानमंत्री ने एक बार कहा 1984 के बारे मलवी जी माफ़ी जड़ी मंगी वह भी सिख प्रधानमंत्री तो मंगवा दी गई मनमोहन सिंह तो जबकि वो कोई असर नहीं सी जालमान सजावं नहीं मिलिया दोषियों कटहरे च नहीं खड़ा किया गया पीड़ितों के जख्मों पर मलम नहीं लगी कादी माफ़ी। इस तरीके ये भी गल है कि बिरतांत के बारे थोड़ा की ख्याल है असल च विचार गुरदास मान को बदलने पैने ने एक राष्ट्र एक भाषा वर्गा यहोजा निगुणा विचार जड़ा कि बाकी भाषावान जबाना दबद जिथे वक्ो वक्रे सभ्याचार ने वक्रिया भाषावान ने उस देश दे एक राष्ट्र एक भाषा की गल गलत है। वह बयान भी कनेडा च दिता जिस कैनेडा ने अपना एक पूरे का पूरा जोड़ा प्रोविंस है बड़ा क्यूबैक जड़ा कि जिंद जान धड़कन है उसनों मौका दिता कि तुहाड़ी फ्रेंच भाषा है तुसी अपनी भाषा के मुताबक जो मर्जी करो तो उत्थे कोई समझौता नहीं एक राष्ट्र एक भाषा का इत्थे कदे भी वो एजेंडा नहीं चल सकता। ईवन इतों तक भी उन्होंने कहा कि तुसी वक्रे तौर पर भी जेकर अपना राष्ट्र बनाउणा तां रायशुमारी करो रेफरेंडम करो जे भुगत दिया तो ठीक है उत्थे आके तुसी बयान दे रहे हो यह तो दक्षणी भारत दी उदाहरण दे रहे हो जिथे कमल हसन वर्गे लगातार आवाज़ उठा रहे हैं कि नहीं हिंदी इंपोज करना सानू बर्दाश्त नहीं लगातार विरोध हो रहा है उत्थे किहड़े मूँह नाल कह रहे हो कि एक राष्ट्र की एक भाषा नहीं है ये धक्का है ये विचार बदलने पैने ने जबानी माफ़ी लोगों ने एक्सैप्ट नहीं करनी नाले केड़ी केड़ी गल की माफ़ी मंगोगे के पी एस गिल तो अपने म्यूजिक रिलीज़ करन दी एक वो डेरेदार जड़ा सिरे दा नशेड़ी है उसनू कदे ये कहना कि जी वो घोड़े ते सवार है जी सिगरट लाई है जी सिगरट थल्यों ही जगाउंदा जांदा ये केड़ियां मूर्खता भरे प्रदर्शन दीयां गल्लां ने जां फिर इहो जिहियां गल्लां जिन्हां दे विच तुसीं टिप्पणियां करदे हो कि आ ता जी क्योंकि ये भी पल्ला है गुरु अमरदास जी भले वंश च पैदा होए सन ते गुरु साहब दा वंशज है किवें हो गया वंशज गुरु साहब तां कुल जात सब नाश ते उन्हां ने तां कदे भी अपने पुत्रां नूं भी पहल नहीं दित्ती योगता नूं पहल दित्ती फिर इत्थे ही बस नहीं जदों के एल गर्ग की गल सुनीए प्यारे लाल गर्ग की गल डॉक्टर गर्ग जदों ये गल आखते ने कि पंजाब दे विच एक तां सरकारी तशद्दुद ओह सी जदों नौजवानों का समूहिक कतलेआम किया गया जदों उन्हां नूं लावारस लाशां कह के जला दिता गया पिंडां दे पिंड खाली हो गए एक कलाकारां नूं भी के पी एस गिल ने जिस तरह प्रमोट किया तो उन्हां दे विच की आवाज़ दित्ती मस्ती मना मैं खाने आ उस समय जदों पंजाब ते तशद्दुद होया सो ये सारा कुछ उदों का बिरतांत भी है सो एक नहीं गुनाह बड़े ने एक नज़म भी जिहड़े इस दे प्रथाई लिखी है कदे वक्त आया जरूर सांझा करांगे जिहड़ी कविता गुरदास मान ने अपने आप नूं जस्टिफाई करन लई कि जो मैं कैनेडा च कीता ठीक सी उस दे उत्तर दे विच सी कि तेरा की कसूर है पर यह गल है कि यह शो मुलतवी है तो यह भी गल है कि कल नूं फिर हुंदा है तो इस तों भी ज़्यादा लोग उत्साहित होणगे गल कली गुरदास मान की नहीं है पिछे जी एक न्यूजीलैंड के शो की चर्चा चली अज डबल्यू एस ओ दे जसकरण सिंह जी ने अपने वैब पेज पर भी पाया जिस दे विच ये कहा गया कि दलजीत दोसांझ का न्यूजीलैंड शो हो रहा है जिस दे विच जिहड़े कृपान पा के आने वाले ने उन्हां दे बारे कई तरह दीयां भद्दियां जिहड़ियां कंडीशनस लाईयां गईयां असीं चाहांगे उहदे ते भी गल होनी चाहीदी है। मैं पढ़ रहा सी जी पोस्ट कंडीशन ये लाई हुई है भी मैटल की नहीं होनी चाहिए श्री साहब अच्छा वो या प्लास्टिक की होवे या लकड़ की होवे पर जी मैं हैरानी हुई ना गल की कि जी आस्ट्रेलियन सरकार आ उन्होंने अपनी उस कंट्री के अलाउ किया हो 6 इंच की श्री साहब उस लिखा नहीं हो प्लास्टिक या लकड़ की होवे है ना सो जो आप एक पंजाबी गायक एक शो करा फिर वो थोड़ी गल हासोहीणी भी लगती है फिर उससे शंके भी पैदा हो जाते हैं भी या तो नाइव है उन्होंने नहीं पता या फिर जेडे उत्थे प्रमोटर आ वह कोई शरारत कर रहे हैं या जिथे हो रहा सो उहदे गौर करन दी गल हैगी आ उदा दलजीत दोसांझ हुणी हुण बड़े पॉपुलर ने और हर कोई उहदे हर किस्म दे उन्हें गीत गाए हुए ने सो मेरा ख्याल आपां नूं उन्हां नूं सुनेहा देना चाहुंदा चाहीदा भी इहदे नाल थोड़ी निगाह रखो और इहनूं दुरुस्त करन दी कोशिश करो और मेरा ख्याल 15 तरीक नूं हो रहा जी कॉन्सर्ट इह ये गल तो सच है कि यहो जी जड़ी कोई भी जड़ी कंडीशन है उसनू कदे भी जड़ा है डाइवर्सिटी मल्टीकल्चरलिज्म दे विच प्रवान नहीं किया जा सकता आर्टिकल ऑफ फेथ जड़ा है सिख का जड़ा ये
ਕਿਰਪਾਨ ਹੈ ਉਹ ਵੀ ਉਹਨਾਂ ਦੇ ਵਿੱਚ ਆਉਂਦੀ ਹੈ, ਉਸਦਾ ਪਛਾਣ ਹੈ। ਸੋ ਇਹ ਲੱਕੜ ਦੀ ਪਾ ਕੇ ਆਓ ਇਹੋ ਜਿਹੀ ਕੰਡੀਸ਼ਨ, ਹਾਲਾਂਕਿ ਇਸ ਦੇ ਵਿੱਚ ਸ਼ਰਾਰਤ ਉਹਨਾਂ ਲੋਕਾਂ ਦੀ ਵੀ ਹੈ ਜਿਨ੍ਹਾਂ ਨੇ ਗੁਰਦਾਸ ਮਾਨ ਦੇ ਸ਼ੋਅ ਵੇਲੇ ਵੀ ਬੜਾ ਕੁਝ ਸਿੱਖਾਂ ਦੇ ਵਿਰੁੱਧ ਪ੍ਰਚਾਰ ਕੀਤਾ। ਇਹ ਕਿਹਾ ਇਹ ਤਾਂ ਸਿੱਖ ਹੀ ਵਿਰੋਧ ਕਰ ਰਹੇ ਨੇ, ਜਦ ਕਿ ਲਹਿੰਦੇ ਪੰਜਾਬ ਦੀਆਂ ਸਭ ਤੋਂ ਵੱਧ ਜਥੇਬੰਦੀਆਂ ਨੇ ਇਸ 'ਤੇ ਆਵਾਜ਼ ਉਠਾਈ ਸੀ ਜਦੋਂ ਵਾਰਿਸ ਸਾਹਿਬ ਪੁਰਸਕਾਰ ਵਾਪਸ ਕੀਤਾ ਗਿਆ ਜਾਂ ਨਾਂ ਲੈਣ ਦੇ ਵਾਸਤੇ ਇਹ ਆਵਾਜ਼ ਉੱਠੀ। ਉਸ ਦੇ ਵਿੱਚ ਇਲਿਆਸ ਘੁੰਮਣ ਸਾਹਿਬ ਜਾਂ ਨਜ਼ੀਰ ਕਹੂਟ ਸਾਹਿਬ, ਹੋਰ ਬੜੀਆਂ ਮਾਇਨਾ ਸ਼ਖਸੀਅਤਾਂ ਸਨ, ਪਰ ਸਰਬਜੀਤ ਸੋਹੀ ਵਰਗੇ ਜਿਹੜੇ ਆਸਟ੍ਰੇਲੀਆ ਬੈਠੇ ਨੇ ਜਾਂ ਕੈਨੇਡਾ ਦੇ ਵਿੱਚ ਕੁਝ ਐਸੇ ਬੀਬੀਆਂ ਲੇਖਕ ਲੇਖਕਾਵਾਂ ਨੇ ਜਿਨ੍ਹਾਂ ਦੀ ਮੱਤ ਜਿਹੜੀ ਹੈ ਫਿਰੀ ਹੋਈ ਹੈ, ਉਹਨਾਂ ਨੇ ਸਿੱਖਾਂ 'ਤੇ ਹੀ ਟਿੱਪਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੀ ਇਹ ਵੀ ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਇਹ ਇਸ ਤਰ੍ਹਾਂ ਹੁੰਦੇ ਨੇ। ਉਹ ਜਾਣ ਬੁੱਝ ਕੇ ਕੀਤੀਆਂ ਜਾ ਰਹੀਆਂ ਸਨ, ਕੱਲ੍ਹ ਨੂੰ ਕੋਈ ਸ਼ੋਅ ਹੁੰਦਾ ਤਾਂ ਜਿਹੜੇ ਇਸ ਤਰ੍ਹਾਂ ਦੇ ਜਿਨ੍ਹਾਂ ਦੀਆਂ ਕਿਰਪਾਨਾਂ ਪਾਈਆਂ ਉਹਨਾਂ ਨੂੰ ਆਉਣ ਨਾ ਦਿੱਤਾ ਜਾਵੇ ਜਾਂ ਇੱਕ ਵਿਵਾਦ ਖੜਾ ਕੀਤਾ ਜਾਵੇ। ਉਹ ਇੱਥੇ ਵੀ ਅਜਿਹਾ ਕੁਝ ਕਰਨਾ ਚਾਹੁੰਦੀਆਂ ਨੇ। ਇੱਕ ਲੇਖਕਾਂ ਨੇ ਆਪਣੇ ਲੇਖ ਦੇ ਵਿੱਚ ਨਜ਼ਲਾ ਹੀ ਇਸ ਗੱਲ 'ਤੇ ਸੁੱਟਿਆ ਕਿ ਉਹ ਕਿਰਪਾਨ ਵਾਲੇ ਜਿਹੜੇ ਹਨ ਉਹਨਾਂ ਨੂੰ ਨਿਸ਼ਾਨਾ ਬਣਾਓ, ਜਿਸ ਤਰ੍ਹਾਂ ਆਸਟ੍ਰੇਲੀਆ ਦੇ ਇੱਕ ਅਖੌਤੀ ਖੱਬੇ ਪੱਖੀ ਜਿਹੜਾ ਜਾਲੀ ਕਾਮਰੇਡ ਮੈਂ ਕਹਾਂਗਾ ਭਗਵਾਂ ਕਾਮਰੇਡ ਜਿਸਨੇ ਇਹ ਬਿਆਨ ਦਿੱਤਾ ਸੀ, ਉਹ ਸੋਹੀ ਨੇ ਵੀ ਐਸਾ ਕੁਝ ਕੀਤਾ। ਐਸੇ ਹੋਰ ਬਹੁਤ ਸਾਰੇ ਨੇ, ਪਰ ਇਹ ਗੱਲ ਆਵਾਜ਼ ਉੱਠੀ ਹੈ। ਯਕੀਨਨ ਤੌਰ 'ਤੇ ਇਸ 'ਤੇ ਲਾਮਬੰਦ ਵੀ ਹੋਣਗੇ ਲੋਕ ਕਿ ਅਜਿਹਾ ਕਦੇ ਵੀ ਨਹੀਂ ਹੋਏਗਾ ਕਿ ਲੱਕੜ ਦੀ ਕਿਰਪਾਨ ਜਾਂ ਪਲਾਸਟਿਕ ਦੀ ਸਰੀ ਸਾਹ ਪਾ ਕੇ ਆਓ ਮਿਆਨ ਦੇ ਵਿੱਚ। ਅਤੇ ਇਹ ਸ਼ੋਅ ਜਿਹੜਾ ਹੈ ਇਹ ਵੀ ਨਹੀਂ ਕਿ ਅਸੀਂ ਕਹੀਏ ਅਸੀਂ ਤਾਂ ਇਸ ਕਰਕੇ ਸ਼ੋਅ ਦੇ ਵਿੱਚ ਨਹੀਂ ਜਾਣਾ ਕਿਉਂਕਿ ਲੱਕੜ ਜਾਂ ਪਲਾਸਟਿਕ ਦੀ ਕਹਿ ਰਹੇ ਆ। ਜੇ ਅਸੂਲ ਆ ਜਾਣ ਦਾ ਤਾਂ ਇਹ ਬਿਲਕੁਲ ਇਸ ਨੂੰ ਚੈਲੇਂਜ ਕਰਨਾ ਚਾਹੀਦਾ ਕਿ ਇਹ ਕਿਉਂ ਹੈ। ਕਿਰਪਾਨ ਪਹਿਨਣ ਦਾ ਜੇ ਹੱਕ ਹੈ ਜਿਹੜੀ ਕਿ ਉੱਥੋਂ ਦੇ ਪੂਰੇ ਕਾਇਦੇ ਕਾਨੂੰਨ 'ਚ ਰਹਿ ਕੇ ਹੈ, ਫਿਰ ਇਹ ਕੀ ਹੋ ਸਕਦਾ। ਇਹ ਗੱਲਾਂ ਸ਼ਰਾਰਤਪੂਰਨ ਨੇ, ਇਹ ਕੀਤੀਆਂ ਜਾ ਰਹੀਆਂ ਨੇ। ਫਿਰ ਗੱਲ ਉਹੀ ਆਉਂਦੀ ਹੈ ਕਿ ਕਿਹਨਾਂ ਦੇ ਇਸ਼ਾਰਿਆਂ 'ਤੇ, ਉਹੀ ਤਾਕਤ ਆ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਮੰਦਰ ਦੇ ਵਿੱਚ ਇੱਕ ਕੰਧ 'ਤੇ ਮੋਦੀ ਖਿਲਾਫ਼, ਭਾਰਤ ਖਿਲਾਫ਼ ਨਾਰੇ ਜਾਂ ਖਾਲਿਸਤਾਨ ਪੱਖੀ ਨਾਰੇ ਲਿਖਵਾਏ ਅਤੇ ਇਹ ਕਿਹਾ ਕਿ ਸਿੱਖਾਂ ਨੇ ਲਿਖੇ ਨੇ। ਬਾਅਦ ਦੇ ਵਿੱਚ ਭਾਈ ਭਵਿਸ਼ਨ ਸਿੰਘ ਹੋਰਾਂ ਨੇ ਜਦੋਂ ਉਸ ਦੀ ਇਨਵੈਸਟੀਗੇਸ਼ਨ ਦੀ ਮੰਗ ਕੀਤੀ, ਆਸਟ੍ਰੇਲੀਆ ਦੀ ਸਰਕਾਰ ਨੇ ਸਾਬਤ ਕੀਤਾ ਕਿ ਸਿੱਖਾਂ ਨੇ ਨਹੀਂ ਬਲਕਿ ਉੱਥੋਂ ਦੇ ਹੀ ਸ਼ਰਾਰਤੀ ਜਿਹੜੇ ਪ੍ਰਬੰਧਕਾਂ ਦੇ ਜਾਂ ਉਹਨਾਂ ਦੇ ਨਾਲ ਚੱਲਣ ਵਾਲੇ ਨੇ, ਕਿਉਂਕਿ ਜਦੋਂ ਇਹ ਲਿਖੇ ਗਏ ਉਦੋਂ ਕੈਮਰੇ ਬੰਦ ਸਨ। ਜਿਨ੍ਹਾਂ ਨੇ ਲਿਖੇ ਉਹ ਸਾਜ਼ਿਸ਼ ਢੰਗ ਨਾਲ ਲਿਖੇ, ਉਸ ਵੇਲੇ ਕੋਈ ਆ ਨਹੀਂ ਸੀ ਜਾ ਨਹੀਂ ਸੀ ਰਿਹਾ। ਅਜਿਹਾ ਉਵੇਂ ਹੋਇਆ ਜਿਵੇਂ ਪੰਜਾਬ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਲਈ ਹਿੰਦੂ ਕਥਿਤ ਤੌਰ 'ਤੇ ਇਹੋ ਜਿਹੀਆਂ ਜਿਹੜੀਆਂ ਸੰਸਥਾਵਾਂ ਜਿਹੜੀਆਂ ਵਿਵਾਦਗ੍ਰਸਤ ਨੇ ਉਹਨਾਂ ਨੇ ਗਾਂ ਦਾ ਜਿਹੜਾ ਮਾਸ ਸੁੱਟ ਦੇਣਾ ਜਾਂ ਮੁਸਲਮਾਨਾਂ ਦੇ ਜਿਸ ਤਰੀਕੇ ਨਾਲ ਉਹਨਾਂ ਦੇ ਸੂਰ ਦਾ ਮਾਸ ਸੁੱਟ ਕੇ ਜਿਹੜੀ ਇਹੋ ਜਿਹੀ ਭਾਵਨਾ ਭੜਕਾਉਣੀ, ਇਹ ਸਾਰਾ ਕੁਝ ਜਿਹੜਾ ਹੈ ਇਹਨਾਂ ਲੋਕਾਂ ਨੂੰ ਰੋਕਣਾ ਚਾਹੀਦਾ। ਇਸੇ ਕਾਰਨ ਹੀ ਸ਼ਾਇਦ ਕੈਨੇਡਾ ਦੇ ਵਿੱਚ ਵੀ ਜਿਹੜੀ RSS 'ਤੇ ਪਾਬੰਦੀ ਦੀ ਗੱਲ ਹੈ ਉਸ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ। ਅਖੀਰ 'ਚ ਸਮੁੱਚੇ ਤੌਰ 'ਤੇ ਇਸ ਪਾਬੰਦੀ ਦੇ ਵਿਸ਼ੇ 'ਤੇ ਕੀ ਕਹਿਣਾ ਚਾਹੋਗੇ? ਪਾਬੰਦੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਜੀ, ਹੁਣ ਦੇਖੋ ਕੀ ਹੁੰਦਾ ਉਹਦੇ ਬਾਰੇ ਜੀ। ਔਰ ਇਹ ਚੰਗਾ ਐਕਟ ਹੈ ਇਹ ਜੇ ਹੋ ਜਾਵੇ। ਪਰ ਇੱਕ ਮੈਂ ਜਿਹੜੀ ਟਿੱਪਣੀ ਕਰਨਾ ਚਾਹੁੰਦਾ ਨਾ, ਗੁਰਦਾਸ ਮਾਨ ਹੁਣੀ 2009 'ਚ ਜਦੋਂ ਕੈਲਗਰੀ ਟੈਲੈਂਟ ਸੈਂਟਰ 'ਚ ਉਹਨਾਂ ਨੇ ਆਪਣਾ ਪ੍ਰੋਗਰਾਮ ਕੀਤਾ, ਉੱਥੇ ਵੀ ਇਹੀ ਸ਼ਰਤ ਲੱਗੀ ਸੀਗੀ ਵੀ ਜਿਹੜੇ ਅੰਮ੍ਰਿਤਧਾਰੀ ਅੰਦਰ ਨਾ ਆਉਣ ਜਾਂ ਕਿਰਪਾਨ ਪਾ ਕੇ ਨਾ ਆਉਣ, ਔਰ ਫਿਰ ਸ਼ੋਅ ਕੈਂਸਲ ਹੋਇਆ ਸੀਗਾ। ਸੋ ਮੈਂ ਇੱਦਾਂ ਤਾਂ ਨਹੀਂ ਕਹਿੰਦਾ ਹਿਸਟਰੀ ਰਿਪੀਟਸ ਇਟਸੈਲਫ, ਪਰ ਦਲਜੀਤ ਹੁਣੀ ਥੋੜ੍ਹਾ ਖਿਆਲ ਰੱਖਣ ਵੀ। ਔਰ ਦੂਸਰਾ ਜਿਹੜੇ ਉਹ ਬੀਬੀ ਜੀ ਦੀ ਤੁਸੀਂ ਗੱਲ ਕੀਤੀ ਸੀ, ਆਪਾਂ ਨੂੰ ਕਿਸੇ ਵੀ ਕਮਿਊਨਿਟੀ ਕਿਸੇ ਵੀ ਧਰਮ ਬਾਰੇ ਕੋਈ ਸਟੀਰੀਓਟਾਈਪਿੰਗ ਜਾਂ ਇੱਕ ਬਲੈਂਕਟ ਸਟੇਟਮੈਂਟ ਨਹੀਂ ਦੇਣੀ ਚਾਹੀਦੀ, ਕਿਉਂਕਿ ਜਿਹੜੇ ਖੂਬਸੂਰਤ ਮੁਲਕ 'ਚ ਅਸੀਂ ਰਹਿ ਰਹੇ ਹਾਂ ਨਾ, ਮੇਰਾ ਖਿਆਲ ਆ ਉਹਨੂੰ ਐਜ਼ ਏ ਰੇਸਿਜ਼ਮ ਅਤੇ ਐਜ਼ ਏ ਹੇਟ ਕ੍ਰਾਈਮ ਮੰਨਿਆ ਜਾਂਦਾ। ਸੋ ਇਹ ਬਹੁਤ ਆਪਾਂ ਨੂੰ ਵਿਚਾਰ ਕਰਨਾ ਚਾਹੀਦਾ ਵੀ ਕਿਸੇ ਵੀ ਫਿਰਕੇ ਖਿਲਾਫ਼, ਆਪਾਂ ਚਾਹੇ ਉਹ ਬੀਬੀ ਜੀ ਨੇ ਅੰਮ੍ਰਿਤਧਾਰੀਆਂ ਬਾਰੇ ਲਿਖਿਆ, ਉਹਨਾਂ ਨੂੰ ਵੀ ਚਾਹੀਦਾ ਅਤੇ ਆਪਾਂ ਵੀ ਇਹਦਾ ਖਿਆਲ ਰੱਖਦੇ ਹਾਂ ਵੀ ਕਿਸੇ ਦੇ ਫੇਥ ਦੇ ਖਿਲਾਫ਼ ਜਾਂ ਕਿਸੇ ਰੰਗ ਨਸਲ ਦੇ ਖਿਲਾਫ਼ ਕੋਈ ਇੱਕ ਬਲੈਂਕਟ ਸਟੇਟਮੈਂਟ ਨਾ ਆਪਣੇ ਤੋਂ ਦੇ ਹੋ ਜਾਵੇ, ਔਰ ਉਹ ਆਪਣੇ ਜ਼ਹਿਨ 'ਚ ਆਪਣੇ ਖਿਆਲ ਵੀ ਨਹੀਂ ਆਉਣਾ ਚਾਹੀਦਾ ਉਹ। ਬਹੁਤ ਅੱਛੀ ਗੱਲ ਹੈ, ਧੰਨਵਾਦ ਜੀ। ਤਹਿ ਦਿਲੋਂ ਸ਼ੁਕਰੀਆ ਰਾਜ ਸਿੰਘ ਜੀ, ਹਾਰਦਿਕ ਧੰਨਵਾਦ ਜੀ ਜੀ ਤੁਹਾਡਾ ਵੀ ਜੀ, ਥੈਂਕ ਯੂ, ਸ਼ੁਕਰੀਆ ਜੀ। ਸੋ ਅੱਜ ਦੀ ਗੱਲਬਾਤ ਸਮੇਟਦੇ ਹਾਂ। ਜਿਸ ਤਰ੍ਹਾਂ ਰਾਜ ਸਿੰਘ ਪੰਡਾਲ ਵਣਜਾਰਾ ਨੋਵੇਡ ਰਾਹੀਂ ਕੰਮ ਕਰ ਰਹੇ ਨੇ, ਆਈ ਐਮ ਸਿੱਖ ਕਨੇਡੀਅਨ, ਆਈ ਐਮ ਮੁਸਲਿਮ ਕਨੇਡੀਅਨ, ਹਿੰਦੂ ਕਨੇਡੀਅਨ, ਪਰ ਨੋਟ ਸਾਊਥ ਏਸ਼ੀਅਨ, ਇਹ ਇਹਨਾਂ ਦਾ ਸਲੋਗਨ ਹੈ। ਇਹਨਾਂ ਨੇ ਬਹੁਤ ਅਵੇਅਰਨੈਸ ਵਾਲਾ ਕੰਮ ਕੀਤਾ, ਦਸਤਾਵੇਜ਼ੀ ਕੰਮ ਕੀਤਾ, ਦੁਰਲੱਭ ਵਸਤੂਆਂ ਇਕੱਠੀਆਂ ਕੀਤੀਆਂ ਨੇ, ਮਿਊਜ਼ੀਅਮ ਸਥਾਪਿਤ ਕੀਤਾ। ਅੱਜ ਜਿਹੜੀਆਂ ਗੱਲਾਂ ਕੀਤੀਆਂ ਨੇ ਇਹ ਵੀ ਬੜੀਆਂ ਗੌਰ ਕਰਨ ਵਾਲੀਆਂ ਨੇ। ਜਿਹੜੇ ਇਹੋ ਜਿਹੇ ਭਰਮ ਜਾਲ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦੇ ਨੇ, ਸਾਊਥ ਏਸ਼ੀਅਨ ਦੇ ਅਧੀਨ ਜੋ ਕੁਝ ਕਰਨਾ ਉਹ ਗਲਤ ਨੇ, ਇਸੇ ਤਰ੍ਹਾਂ ਜਿਹੜੀ ਸੰਸਥਾ ਦੇ ਤੌਰ 'ਤੇ ਜਿਹੜੇ ਗਲਤ ਕੰਮ ਕਰ ਰਹੇ ਨੇ ਉਹ ਵੀ ਗਲਤ ਨੇ। ਪਰ ਨਾਲ ਅਸੀਂ ਜਿਹੜੇ ਮੁੱਖ ਤੌਰ 'ਤੇ ਅੱਜ ਵਿਸ਼ੇ 'ਚ ਜਿਹੜੇ ਗੁਰਦਾਸ ਮਾਨ ਦੇ ਸ਼ੋਅ ਦੀ ਮੁਲਤਵੀ ਹੋਣ ਦੇ ਅਸਲ ਕਾਰਨ ਨੇ ਉਹਨਾਂ ਦੀ ਗੱਲ ਕੀਤੀ ਹੈ, ਉੱਥੇ ਇਹ ਵੀ ਗੱਲ ਹੈ ਕਿ ਜਿਹੜੀ ਜੇ RSS 'ਤੇ ਪਾਬੰਦੀ ਦੀ ਗੱਲ
इस वेले सिरे हुंदी है तां एक इतिहासिक प्राप्ति होएगी। तां कैनेडा दुनिया भर दे विच ऐसा मुल्क होएगा जिसने इस गल नूं जायज़ ठहराया कि पाबंदी केवल इस करके नहीं लाई जानी चाहिए कि संस्थावां मुस्लिम ने या सिख ने, पाबंदी इस करके लाई जानी चाहिए है कि संस्थावां सचमुच दहशतगर्द ने, ते RSS तो वड्डी ऐसी संस्था कोई होर नहीं है। आप समूह दर्शकों का हार्दिक धन्यवाद।